ਬੈਠੇ ਸਪੁੱਤ ਉੱਤੇ ਹੋ ਜਾਓ। ਵਾਹਿਗੁਰੂ 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 ਖੁੱਲ ਕੇ ਜੁੜ ਕੇ ਕੇ ਸਾਰੇ ਪੜੋ। ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ
ਹਰਿਯੰ ਕਰਿਯੰ ਨਿਰਨਾਮੇ ਅਕਾਮੇ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਨੀ ਭਗਤੀ ਲਾਏ ਖੁੱਲ ਕੇ ਨਾਨਕ ਕੀ ਪ੍ਰਭ ਆਪਣੀ ਭਗਤੀ ਲਾਏ ਬੇਸ਼ਮਾਰ ਅਥਾਹ ਅਗਣਤ ਅਤੁੱਲ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਪੜ੍ਹਿਆ ਤੇ ਸੁਣਿਆ ਹੈ ਕੋਈ ਜਾਣ ਕੋਈ ਜਾਣ ਜਾਣ ਦਾ ਅਰਥ ਹੁੰਦਾ ਸੇਵਕ ਕੋਈ ਰੱਬ ਦਾ ਸੇਵਕ ਹਰ ਸਿਉਂ ਦੇਵੈ ਜੋਰ 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 ਦਾ ਅਰਥ ਜੋੜ ਦੇਵੇ ਜਿਨ੍ਹਾਂ ਨੂੰ ਪਿਆਸ ਲੱਗੀ ਨਾ ਬੜੇ ਤਰਲੇ ਪਾਏ ਆਖੋ ਵਾਹਿਗੁਰੂ ਬੜੇ ਲਿਲਕੜੀਆਂ ਇੱਕ ਸ਼ਬਦ ਹੈ ਲਿਲਕੜੀਆਂ ਲਿਲਕੜੀਆਂ ਕੱਢੀਆਂ ਕੋਈ ਜਨ ਹਰ ਸਿਉਂ ਦੇਵੈ ਜੋਰ ਭਟਕਦੀ ਮੇਰੀ ਸੁਰਤ ਨੂੰ ਕੋਈ ਰੱਬ ਨਾਲ ਜੋੜ ਦੇਵੇ ਫਿਰ ਕੱਲ੍ਹ ਵਾਲੀ ਕਹਾਣੀ ਆਈ ਪੁੱਛਿਆ ਜੇ ਤੈਨੂੰ ਕੋਈ ਰੱਬ ਨਾਲ ਜੋੜ ਦੇਵੇ ਫੀਸ ਕੀ ਦੇਵੇਗੀ ਭੇਟਾ ਕੀ ਦੇਵੇਗੀ ਜਿਹਨੂੰ ਪਿਆਸ ਲੱਗੀ ਸੀ ਨਾ ਜੁੜਨ ਦੀ ਉਹਨੇ ਕਿਹਾ ਉਹ ਰੱਬ ਦਾ ਸੇਵਕ ਮੈਨੂੰ ਮਿਲੇ ਉਹਨੂੰ ਪਲੰਘ 'ਤੇ ਬਹਾ ਕੇ ਘੁੱਟ ਕੇ ਉਹਦੇ ਚਰਨ ਫੜ ਲੂੰਗੀ ਚਰਨ ਗਹੂੰ ਗਹੂੰ ਮੈਨੇ ਪਕੜੂ ਕੋਈ ਰੱਬ ਨਾਲ ਜੋੜਨ ਵਾਲਾ ਮਿਲੇ ਤੇ ਸਹੀ ਆਖੋ ਵਾਹਿਗੁਰੂ ਰੱਜ ਕੇ ਬੋਲੋ ਰੱਬ ਨਾਲ ਜੋੜਨ ਵਾਲਾ ਕੋਈ ਮਿਲੇ ਤੇ ਸਹੀ ਚਰਨ ਗਹੂੰ ਤੇ ਬਕੂੰ ਸ਼ੁਭ ਰਸਨਾ ਇਹ ਮੇਰੀ ਜੀਵ ਹੈ ਰਸਨਾ ਹੈ ਇਹਦੇ ਨਾਲ ਬੜੇ ਸ਼ੁਭ ਬੋਲ ਉਹਦੇ ਲਈ ਬੋਲਾਂ ਜਿਹੜਾ ਮੈਨੂੰ ਹਰੀ ਨਾਲ ਸਾਰੇ ਬੋਲੋ ਜੇ ਪਿਆਸ ਲੱਗੀ ਹੈ ਤੇ ਫਿਰ ਤੇ ਜਿੰਦ ਬੜੇ ਤਰਲੇ ਪਾਉਂਦੀ ਚਰਨ ਗਹੂੰ ਬਕੂੰ ਸ਼ੁਭ ਰਸਨਾ ਉਹਨੇ ਕਿਹਾ ਵੇਖ ਤੂੰ ਚਰਨ ਵੀ ਫੜ ਲੈਂਗੀ ਰਸਨਾ ਨਾਲ ਮਿੱਠਾ ਵੀ ਬੋਲੇਂਗੀ ਮੇਰੀ ਤੇਰੇ 'ਤੇ ਇਹ ਸਵਾਲ ਸੀ ਭੇਟਾ ਕੀ ਦੇਵੇਂਗੀ ਕਹਿੰਦੀ ਭੇਟਾ ਦੀ ਕਹਾਣੀ ਕਰਦਾ ਹੈ ਦੀਜੇ ਪ੍ਰਾਣ ਅਕੋਰ ਅਕੋਰ ਮਣੇ ਭੇਟਾ ਅਕੋਰ ਮੀਨ ਜੀ ਬੋਲੋ ਫਿਰ ਸਾਰੇ ਬੋਲੋ ਜਦੋਂ ਤੋਂ ਤੁਸੀਂ ਅੱਗੇ ਤੋਂ ਇਹ ਹੁਕਮਨਾਮਾ ਸੁਣੋ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਾਣ ਹਰ ਸਿਉਂ ਦੇਵੈ ਜੋਰ
ਚਰਨ ਗਹੂੰ ਬਕੂ ਸ਼ੁਭ ਰਸਨਾ, ਉਹਦੇ ਲਈ ਮੈਂ ਸ਼ੁਭ ਬੋਲ ਬੋਲੂੰਗੀ, ਘੁੱਟ ਕੇ ਚਰਨ ਫੜ ਲੂੰਗੀ। ਤੂੰ ਭੇਟਾ ਦੀ ਗੱਲ ਕਰਦਿਆਂ ਮੇਰਿਆ ਮਿੱਤਰਾ, ਮੈਂ ਆਪਣੇ ਪ੍ਰਾਣਾਂ ਦੀ ਭੇਟਾ ਦੇਦਾ। ਦੀਜੇ ਪ੍ਰਾਣ ਅਕੋਰ ਮੈਨੇ ਭੇਟਾ ਨਜ਼ਰਾਨਾ। ਸੂਰਜ ਪ੍ਰਕਾਸ਼ ਦੀ ਕਥਾ ਕਰੀਏ ਤੇ ਉਹਦੇ ਚ ਅਕੋਰ ਕਈ ਜਗ੍ਹਾ ਤੇ ਆਇਆ। ਮੈਂ ਭੇਟਾ ਦੇ ਦੂੰਗੀ, ਨਜ਼ਰਾਨਾ ਦੇ ਦੂੰਗੀ ਉਹਨੂੰ ਆਪਣੇ ਪ੍ਰਾਣਾਂ ਦਾ। ਆਖੂ ਮੈਂ ਪ੍ਰਾਣ ਭੇਟਾ ਕਰਨ ਨੂੰ ਤਿਆਰ ਹਾਂ, ਕੋਈ ਜਾਨ ਹਰ ਸਿਓ ਦੇਵੇ ਤੇ ਤੁਸੀਂ ਕੋਸ਼ਿਸ਼ ਕਰੋ। ਮੈਂ ਤੇ ਜੋੜ ਨਹੀਂ ਸਕਦਾ, ਜੁੜਿਆ ਹੀ ਜੋੜੂ, ਮਗਰ ਤੁਸੀਂ ਕੋਸ਼ਿਸ਼ ਕਰੋ, ਮੂੰਹ ਤੋਂ ਵਾਹਿਗੁਰੂ ਕਹਿ ਕੇ ਕੰਨਾਂ ਤੋਂ ਸੁਣੋ, ਕਿਰਪਾ ਹੋ ਸਕਦੀ। ਵਾਹਿਗੁਰੂ 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 ਵਾਹਿਗੁਰੂ। ਤੂੰ ਨਿਜ ਜਾਣਦੇ, ਤੂੰ ਨਿਜ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੇਖੋ ਚਾਲ ਹੀ ਬਦਲ ਗਈ। ਵਾਹਿਗੁਰੂ 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 ਵਾਹਿਗੁਰੂ। ਬਾਹਰ ਨਾ ਭੱਜਿਓ, ਸੁਰਤ ਰੱਖੋ ਉੱਥੇ। ਵਾਹਿਗੁਰੂ ਮੋੜ ਮੋੜ ਕੇ ਲਿਆ। ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਭਜਨ ਪੜਿਓ, ਡੋਲ ਬੱਧਾ ਪੇਂਡੂ ਜੇ ਡੋਲ ਕਿਹੜਾ ਭਲਾ ਜਿਹੜਾ ਖੂਹ ਚ ਬੱਧੀ ਦਾ ਡੋਲ ਬੱਧਾ। ਕਸ ਜੇਵਰੀ, ਜੇਵਰੀ ਮੈਨੇ ਰੱਸੀ ਕੱਸ ਕੇ ਉਹਦੇ ਨਾਲ ਇੱਕ ਡੋਲ ਬੱਧਾ। ਡੋਲ ਬੱਧਾ ਆਕਾਸ਼ ਪਤਾਲਾ, ਇਹ ਬਾਣੀ ਹੈ। ਪੈਸੇ ਦੇ ਕੇ ਪਾਠ ਕਰਾਉਣ ਵਾਲਿਆ, ਇਹ ਤੇਰੀ ਸੁਰਤ 'ਚ ਕਿੱਥੋਂ ਬਾਣੀ ਆਉਣੀ? ਇਹ ਉਸ ਵੇਲੇ ਪਾਠੀ ਪੜ ਗਿਆ ਜਦੋਂ ਤੂੰ ਸੁੱਤਾ ਸੈਂ। ਹੈ ਤੇ ਪਿਓ ਦਾਦੇ ਕਾ ਖੋਲ, ਇਸ ਖਜ਼ਾਨੇ ਦੀ ਬਾਣੀ ਹੈ। ਡੋਲ ਬੱਧਾ ਕਸ ਜੇਵਰੀ ਆਕਾਸ਼ ਪਤਾਲਾ, ਆਕਾਸ਼ ਥੱਲੇ ਖੂਈ, ਉਦਲਾ ਪਾਸਾ ਆਕਾਸ਼ ਥੱਲੇ ਖੂਈ, ਉਹਦੇ ਵਿੱਚ ਸੁੱਟਿਆ।
ਜਦੋਂ ਡੋਲ ਖੂਹ ਵਿੱਚ ਸੁੱਟਿਆ ਜੋ ਪਾਣੀ ਦੀ ਸਤਾ ਤੱਕ ਨਹੀਂ ਗਿਆ, ਸੁਣਿਓ ਜੀ ਗੁਰੂ ਕਿਸੇ ਕੋਲ ਪਾਣੀ ਦੀ ਅਤੇ ਆਵਾਜ਼ ਕੋਈ ਨਹੀਂ ਆਈ, ਨਹੀਂ ਪਤਾ ਜੋ ਪਤਾ ਲੱਗ ਗਿਆ ਵੈਸੇ ਨਾ ਸਿਰ ਲਓ ਹੱਥ ਖੜਾ ਕਰੋ ਮੈਨੂੰ ਆਨੰਦ ਆਊ। ਜਿਹੜੇ ਵਚਨ ਕਰ ਰਹੇ ਹਾਂ ਗੁਰਬਾਣੀ ਦੇ ਕਰ ਰਹੇ ਹਾਂ ਤੁਸੀਂ ਹੱਥ ਖੜਾ ਕਰੋ ਵੀ ਮੈਨੂੰ ਪਤਾ ਨਹੀਂ ਲੱਗਾ ਤੂੰ ਕੀ ਕਹਿਣਾ ਚਾਹੁੰਦਾ ਹੈ। ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਵੇਲੇ ਖੂਹੀਆਂ 'ਚ ਡੋਲ ਸੁੱਟਦੇ ਸੀ, ਉੱਤੋਂ ਲੱਜ ਦੇ ਨਾਲ ਜਦੋਂ ਪਾਣੀ ਤੱਕ ਚੱਲ ਜਾਂਦਾ ਸੀ ਅਤੇ ਪਾਣੀ ਭਰ ਜਾਂਦਾ ਅਤੇ ਇੱਕ ਆਵਾਜ਼ ਆਉਂਦੀ ਗੁੜਮ, ਜਦੋਂ ਤੁਹਾਡਾ ਸਵਾਸ ਧੁਨੀ ਤੱਕ ਚਲੇ ਗਿਆ ਨਾ ਵਾਹਿਗੁਰੂ ਲੈ ਕੇ ਵੇਖਿਓ ਉੱਥੋਂ ਦੀ ਆਵਾਜ਼ ਸੁਣਿਓ। ਚਲੋ ਸੁਣੀਏ ਵਾਹਿਗੁਰੂ 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 ਥੱਲੇ ਜਾਣ ਦਿਓ ਥੱਲੇ ਸਵਾਸ ਨੂੰ ਧੁਨੀ ਤੱਕ ਸ਼ਬਦ ਨੂੰ ਜਾਣ ਦਿਓ। ਆ ਮੇਰੇ ਵੀਰਾਂ ਨੇ ਬਾਣੀ ਪੜ੍ਹਨ ਵਾਲਿਆਂ ਨੇ, ਪਾਠੀ ਸਿੰਘਾਂ ਨੇ, ਗ੍ਰੰਥੀ ਸਿੰਘਾਂ ਨੇ, ਰਾਗੀ ਸਿੰਘਾਂ ਨੇ ਬਾਣੀ ਦਾ ਕਈ ਵਾਰ ਕੀਰਤਨ ਕੀਤਾ ਵੀ ਅੰਤਰ ਖੂਟਾ ਖੂਟਾ ਬਣੇ ਖੂਹ, ਤੇਰੇ ਅੰਦਰ ਇੱਕ ਖੂਹ ਹੈ ਵੇਖ ਸਕਣਾ। ਉੱਥੇ ਲਿਖਿਆ ਅੰਮ੍ਰਿਤ ਭਰਿਆ, ਤੇਰੇ ਅੰਦਰ ਇੱਕ ਖੂਹ ਆ ਅੰਮ੍ਰਿਤ ਦਾ ਭਰਿਆ, ਤੂੰ ਇਹਦੇ ਵਿੱਚੋਂ ਕੀ ਕੱਢਿਆ ਵਿਸ਼ੇ ਵਕਾਰ ਨਿੰਦਾ ਚੁਗਲੀ ਤੁਈ ਤਵੈਤ, ਜਿਹੜੀ ਜਿਹੜੀ ਚੀਜ਼ ਇਕੱਠੀ ਕਰੀ ਗਿਆ ਉਹੀ ਤੇਰੇ ਕੋਲ ਜਮ੍ਹਾਂ ਹੋਏਗੀ। ਦੁਨੀਆਂ ਭਰ ਦੀ ਦਵੈਤ ਤੇਰੇ ਕੋਲ ਜਮ੍ਹਾਂ ਹੈਗੀ, ਦੁਨੀਆਂ ਭਰ ਦੀ ਈਰਖਾ ਤੇਰੇ ਕੋਲ ਜਮ੍ਹਾਂ ਹੈਗੀ, ਦੁਨੀਆਂ ਭਰ ਦਾ ਹੰਕਾਰ ਤੇਰੇ ਕਿਉਂਕਿ ਤੂੰ ਕੱਢਿਆ ਹੀ ਅੰਦਰੋਂ ਉਹ ਬਜਾ। ਮੇਰਾ ਗੁਰੂ ਕਹਿੰਦਾ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ, ਪੜਿਆ ਨਹੀਂ ਜੀ ਕਾਹਦੇ ਨਾਲ ਕੱਢ ਕੇ ਪੀਏ ਜੀ ਅੰਦਰੋਂ ਅੰਮ੍ਰਿਤ, ਸ਼ਬਦ ਹੈ ਕਾਢ ਪੀਏ ਪਨਹਾਰੀ, ਪਨਹਾਰੀ ਮੈਨੇ ਪਾਣੀ ਕੱਢਣ ਵਾਲੀ, ਅੰਮ੍ਰਿਤ ਕੱਢਣ ਵਾਲੀ ਨੇ ਸ਼ਬਦ ਦਾ ਜਾਪ ਕਰਨਾ ਹੈ ਅਤੇ ਅੰਦਰੋਂ ਅੰਮ੍ਰਿਤ ਨਿਕਲਣਾ ਹੈ। ਅੰਦਰ ਤੇਰੇ ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ,
ਤੂੰ ਬਾਹਰ ਵਸਤ ਨਾ ਪਾ, ਅੰਮ੍ਰਿਤ ਬਾਹਰੋਂ ਨਾ ਲੱਭ, ਅੰਮ੍ਰਿਤ ਤੇਰੇ ਗੁਰੂ ਤੇਰੇ ਪਿਤਾ ਗੁਰਦੇਵ ਜੀ ਖਬਰ ਦੇ ਰਹੇ, ਜਿਸ ਅੰਮ੍ਰਿਤ ਨੂੰ ਦੇਵੀਆਂ ਦੇਵਤਿਆਂ ਪੀਰਾਂ ਪੈਗੰਬਰਾਂ ਨੇ ਲੱਭਿਆ ਤੇ ਲੱਭਿਆ ਨਹੀਂ, ਉਹ ਅੰਮ੍ਰਿਤ ਮੈਂ ਨੇ ਸਭ ਘੱਟ ਅੰਮ੍ਰਿਤ ਰੱਖੀ ਉਹਨਾਂ। ਇੱਕ ਵਾਰ ਬੋਲੋਗੇ? ਘੱਟ ਮੈਨੇ ਸਾਰਿਆਂ ਦੇ ਘੜਿਆਂ ਚ ਅੰਮ੍ਰਿਤ ਪਾਇਆ ਪਿਆ, ਭਾਵੇ ਤਿਸੇ ਪਿਆਈ, ਜਿਹੜਾ ਮੰਗਦਾ ਫਿਰ ਗੁਰੂ ਉਹਨੂੰ ਉਸ ਅੰਮ੍ਰਿਤ ਨੂੰ ਪਿਆਉਂਦਾ ਹੈ। ਜਿਹੜੇ ਅੰਮ੍ਰਿਤ ਜਿਸੇ ਜਗਾਏ ਪਿਆਵੇ, ਇਹ ਰਸ ਅਕਥ ਕਥਾ ਤਿੰਨ, ਇਹ ਅੰਦਰ ਦੀ ਅਕਥ ਕਥਾ ਉਹਨਾਂ ਲੋਕਾਂ ਜਾਣੀ ਜਿਹਨੂੰ ਮੇਰੇ ਮਾਲਕ ਨੇ ਉਠਾਇਆ, ਬੁੱਕ ਨਾਲ ਲਾ ਦਿੱਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੇ ਭੁੱਖ ਲੱਗੀ ਤਾਂ ਪੀਓ, ਜਿਨ ਕੋ ਲੱਗੀ ਪਿਆਸ। ਪੀਓ 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 ਭਗਵਾਨ ਵਾਲੇ ਪੀਓ। All right.
ਹੱਥ ਜੋੜੋ, ਗੋਡਿਆਂ 'ਤੇ ਹੱਥ ਰੱਖ ਕੇ ਸਾਹਿਬ ਨੂੰ ਯਾਦ ਕਰਕੇ ਕਿ ਤਰਲਾ ਪਾਓ। ਆਪਣਾ ਨਾਮ ਜਪਾਵੋ, 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 ਕਾਹਾਂ ਤਰਲਾ ਪ੍ਰਦੇਸ਼ਣ ਦੂਰ ਤੇ ਆਈ, ਮੋਹੇ ਪ੍ਰਦੇਸ਼ਣ ਦੂਰ ਤੇ ਆਈ, ਮੋਹੇ ਪ੍ਰਦੇਸ਼ਣ ਦੂਰ ਤੇ ਆਈ, ਜੀਵਾਤਮਾ ਪ੍ਰਦੇਸ਼ਣ ਦੂਰ ਤੇ ਆਈ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਚੱਲ ਕੇ ਹਾਂ ਆਇਆ ਦੂਰੋਂ, ਚੱਲ ਕੇ ਹਾਂ ਆਇਆ ਦੂਰੋਂ, ਚੱਲ ਕੇ ਆਇਆ ਦੂਰੋਂ, ਚੱਲ ਕੇ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਹਰ ਭੈਣ ਹਰ ਵੀਰ ਤਰਲਾ ਪਾਓ, ਵੀ ਅੰਦਰ ਖੂਹ ਹੈ ਕਾਦਾ ਜੀ, ਸਾਰੇ ਬੋਲੋ, ਅਸੀਂ ਇਹਦੇ ਵਿੱਚੋਂ ਅੰਮ੍ਰਿਤ ਕੱਢਿਆ ਨਹੀਂ, ਅੰਮ੍ਰਿਤ ਨਿਕਲਣਾ ਸ਼ਬਦ ਦੀ ਰਾਹੀਂ। ਆ ਭਾਈ ਸਾਹਿਬ ਨੇ ਹੁਣ ਸ਼ਬਦ ਦਾ ਇਸ਼ਾਰਾ ਕੀਤਾ ਸੀ, ਆਖੋ ਵਾਹਿਗੁਰੂ, ਸ਼ਬਦ ਨੇ ਅੰਦਰੋਂ ਅੰਮ੍ਰਿਤ ਕੱਢ ਕੇ ਲਿਆਉਣਾ। ਸ਼ਬਦ ਹੈ ਕਾਢ ਪੀਏ ਪਨਹਾਰੀ, ਪਨਹਾਰੀ ਮੀਨਜ ਕੀ ਦੱਸਿਆ ਸੀ, ਪਾਣੀ ਕੱਢਣ ਵਾਲੀ। ਇੱਕ ਸਰਕਾਰ ਨੇ ਹੋਰ ਲਿਖਿਆ ਕਰ ਹਰਟ, ਕਰ ਕਿੱਧਰ ਵੇਖਣ ਲੱਗ ਪਿਆ, ਹਰਟ ਮਹਿਣੇ ਦਾ ਖੂਹ, ਇਹਨੂੰ ਛੇ ਹਰਟਾ ਸ਼ਬਦ ਹੈਗਾ ਨਾ, ਇਹਨੂੰ ਇੱਕ ਖੂਹ ਬਣਾ ਲਾ, ਕਰ ਹਰਟ ਮਾਲਾ ਟਿੰਡ ਪਰੋਵੋ। ਤੁਸੀਂ ਨਿੱਕੇ ਹੋ, ਤੁਹਾਨੂੰ ਟਿੰਡਾਂ ਦਾ ਪਤਾ ਨਹੀਂ ਹੋਣਾ, ਰਾਗੀ ਸਾਹਿਬਾਨ ਜੀ ਟਿੰਡਾਂ ਦਾ ਪਤਾ, ਖੂਹ ਦੀਆਂ ਟਿੰਡਾਂ ਜਿਹੜੀਆਂ ਹੁੰਦੀਆਂ ਅਲੋਪ ਹੋ ਗਏ ਖੂਹ ਹੁਣ, ਇਹਦੇ ਟਿੰਡਾਂ ਲੱਗੀਆਂ ਹੁੰਦੀਆਂ ਸੀ। ਕਹਿੰਦੇ ਆਪਣੇ ਅੰਦਰ ਨੂੰ ਇੱਕ ਖੂਹ ਬਣਾ ਕੇ ਸਵਾਸਾਂ ਦੀਆਂ ਟਿੰਡਾਂ, ਸਵਾਸਾਂ ਦੀਆਂ, ਜਿਹੜਾ ਸਵਾਸ ਉੱਤੇ ਮਾਲਾ ਟਿੰਡ ਪ੍ਰੋਭ। ਸਤਿਗੁਰੂ ਅਸੀਂ ਖੂਹ ਵੇਖਿਆ ਹੈ, ਉਹਨੂੰ ਖਿੱਚਣ ਲਈ ਇੱਕ ਬਲਦ ਦੀ ਜ਼ਰੂਰਤ ਹੁੰਦੀ ਹੁੰਦੀ, ਜਿਹੜਾ ਖੂਹ ਵਾਹੁਣਾ ਹੈ ਉਹਨੂੰ ਜੋੜਨਾ ਹੈ ਉਹਦੇ ਵਿੱਚ ਇੱਕ, ਉੱਚੀ ਬੋਲੋ, ਮਹਾਰਾਜ ਪਾਤਸ਼ਾਹ ਕਹਿੰਦੇ ਵੀ ਤਿਸ ਭੀਤਰ ਮਨ ਜੋਵੋ, ਮਨ ਨੂੰ ਜੋਵੋ, ਬਲਦ ਮਨ ਬਣਾ ਕੇ ਨਾ ਆਪਣਾ ਮਨ ਵੇਖਿਆ ਜੇ ਕਦੀ ਤੁਸੀਂ, ਕਦੀ ਧਿਆਨ ਨਾਲ ਵੇਖਿਓ, ਮਨ ਵਿੱਚੋਂ ਭੱਜ ਜਾਂਦਾ ਹੈ। ਤੁਸੀਂ ਘੰਟਿਆਂ ਬੱਧੀ ਸਿਮਰਨ ਕਰਕੇ ਉੱਠਦੇ ਹੋ, ਪੈਲੀ ਕੋਈ ਵੀ ਨਹੀਂ ਭਰੀ, ਕਿਉਂਕਿ ਮਾਲਾ
ਚੱਲੀ ਨਹੀਂ, ਉੱਥੇ ਦੀ ਉੱਥੇ ਖਲੋਤੀ। ਜਦੋਂ ਤੁਸੀਂ ਸਿਮਰਨ ਕਰਨ ਲੱਗਦੇ ਹੋ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ, ਮਨ ਵਿੱਚੋਂ ਬੋਲੋ ਨਾ ਭੱਜਣ ਦਾ ਕਿ ਨਹੀਂ, ਅੱਖ ਵਾਹਿਗੁਰੂ। ਹੁਣ ਇਸ ਤਰ੍ਹਾਂ ਹੋ ਗਿਆ, ਖੂਹ ਤੇ ਜੋਤਤਾ ਹੈ। ਇੱਕ ਗਰੀਬ ਨਵਾਜ ਨੇ ਹੋਰ, ਜੋਵੇ ਕੂਪ, ਕੂਪ ਮੈਨੇ ਖੂਹ, ਜੋਵੇ ਕੂਪ ਸਿੰਚਨ ਕੋ ਬਸਦਾ, ਬਸੰਤ ਰਾਗ, ਜੋਵੇ ਕੂਪ, ਕੂਪ ਮੈਨੇ ਖੂਹ ਜੋਤਾਲਾ, ਸਿੰਚਨ ਕੋ ਬਸਦਾ, ਬਸਦਾ ਮੈਨੇ ਧਰਤੀ, ਧਰਤੀ ਸਿੰਚਨ ਨੂੰ ਖੂਹ ਜੋਇਆ। ਉੱਠ ਬੈਲ ਗਏ ਚਰ ਬੇਲ, ਜਿਹੜਾ ਬੈਲ ਸੀ ਨਾ ਉਹ ਜੂੜੇ ਦੇ ਵਿੱਚੋਂ ਸਿਰ ਕੱਢ ਕੇ ਬਾਹਰ ਜਾ ਕੇ ਤੇ ਹਰੀਆਂ ਵੇਲਾਂ ਚੋਂ ਗੰਢਿਆ, ਇਸ ਤਰ੍ਹਾਂ ਹੁੰਦਾ ਕਿ ਮਨ ਫੋਟੋ ਵੇਖੋ, ਉਹਦੇ ਵਿੱਚੋਂ ਜੂੜੇ ਦੇ ਵਿੱਚੋਂ ਸਿਰ ਕੱਢ ਕੇ ਉਹ ਬਾਹਰ ਜਾ ਕੇ ਹਰੀਆਂ ਤੇ ਸਵੇਰੇ ਜੱਟ ਆਣ ਕੇ ਕਹਿੰਦਾ ਪੈਲੀ ਦੇ ਪਰੀ ਨਹੀਂ। ਤੁਸੀਂ ਵੀ ਸਿਮਰਨ ਕਰਨ ਤੋਂ ਬਾਅਦ ਕਹਿੰਦੇ ਕੁਝ ਆਨੰਦ ਤੇ ਆਇਆ ਨਹੀਂ, ਆਨੰਦ ਤੇ ਆਉਣਾ ਸੀ, ਜਿੰਨੇ ਖੂਹ ਖਿੱਚਣਾ ਸੀ ਬਲਦ ਨੇ ਉਹ ਬਲਦ ਦੇ ਵਿੱਚੋਂ ਬਾਹਰ ਨਿਕਲ ਗਿਆ। ਕੋਸ਼ਿਸ਼ ਕਰੋ ਤੇ ਸਪੀਤਰ ਮਨ ਜੋ ਮਨ ਨੂੰ ਕਹੋ ਲਾਜ ਹੋਰ ਥੋੜਾ ਜਿਹਾ ਪੈਲੀਆਂ ਭਰਨਗੀਆਂ, ਅੱਖ ਵਾਹਿਗੁਰੂ। ਭਰਨਾ ਕੀ ਹੈ? ਮਨ ਤਨ ਨਿਰਮਲ ਕਰਤ ਕਿਆਰੋ। ਹੁਣ ਤੁਹਾਡੇ ਚੋਂ ਕਿਸੇ ਨੂੰ ਪਤਾ ਕਿਆਰੋ? ਕਿਆਰੇ ਕਿਆਰੇ ਮਨ ਨੂੰ ਤੇ ਤਨ ਨੂੰ ਕਿਆਰੇ ਬਣਾ ਕੇ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਕੇ ਵੇਖ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ। ਸੁਧਾ ਮਨੇ ਕੀ ਹੁੰਦਾ? ਅੰਮ੍ਰਿਤ। ਉਹਦੇ ਵਿੱਚ ਅੰਮ੍ਰਿਤ ਭਰਿਆ ਜਾ ਸਕਦਾ ਹੈ, ਤੇਰੇ ਸਰੀਰ ਦੇ ਰੋਮ ਰੋਮ ਦੇ ਵਿੱਚ ਅੰਮ੍ਰਿਤ ਭਰਿਆ ਜਾ ਸਕਦਾ ਹੈ। ਹੁਣ ਮਨ ਤੇ ਤਨ ਦਾ ਥੋੜ੍ਹਾ ਜਿਹਾ ਹੋਰ ਖੁਲਾਸਾ ਕਰ ਲਓ। ਮਨ ਵੀ ਹਰਿਆ, ਤਨ ਵੀ ਹਰਿਆ। ਤਨ ਖਾ ਖਾ ਕੇ ਪਨੀਰ, ਦੁੱਧ, ਲੱਸੀ ਸਭ ਕੁਝ ਹਰਿਆ ਭਰਿਆ ਲੱਗ ਰਿਹਾ। ਗਰੀਬ ਨਵਾਜ, ਸਾਡੇ ਅੰਦਰ ਡਰਾਈ ਕੀ ਆ? ਅੱਖੋ ਵਾਹਿਗੁਰੂ ਪਕੜੋ ਜੀ, ਸਾਡੇ ਅੰਦਰ ਕੀ ਭਰੀਏ ਅੰਦਰੋਂ ਅੰਮ੍ਰਿਤ ਕੱਢ ਕੱਢ ਕੇ? ਕਹਿੰਦੇ ਡਰਾਈ ਨੇ ਤੇਰੇ ਥਾਟ ਨਹੀਂ ਪਤਾ ਲੱਗਿਆ ਜੀ। ਡਰਾਈ ਕੀ? ਤੇਰੇ ਵਿਚਾਰ। ਵੇਖਿਆ ਨਿੱਕੀ ਜੀ ਗੱਲ ਤੋਂ ਅੱਗ ਲੱਗ ਜਾਂਦੀ ਕਿ ਨਹੀਂ? ਕਿਸੇ ਨੇ ਮੈਨੂੰ ਆਹ ਗੱਲ ਆਖੀ, ਮੈਨੂੰ ਕੀ ਲੱਗ ਗਈ? ਕਿਉਂ? ਡਰਾਈ ਆ ਨਾ ਸਭ ਕੁਛ। ਇਹਦੇ ਵਿੱਚ ਕੱਢ ਕੱਢ ਕੇ ਅੰਮ੍ਰਿਤ ਪਾ, ਹਰਿਆ ਹੋ ਜਾਏ। ਫਰੀਦਾ ਬੁਰੇ ਦਾ ਇਤਨਾ ਦੀ ਬਿਰਤੀ ਬਣ ਜਾਏ, ਅੰਮ੍ਰਿਤ ਅੰਦਰ ਆਣ ਆਣ ਕੇ ਕਿਸੇ ਦਾ ਗੁੱਸਾ ਮਨ ਨਾ ਹੰਡਾਏ, ਕੋਈ ਗੁੱਸਾ ਨਾ ਕਦੀ ਲੱਗੇ ਕਿਸੇ ਦੀ ਗੱਲ ਦਾ, ਤੈਨੂੰ ਗੁੱਸਾ ਨਾ ਲੱਗੇ। ਸਮਝ ਲਾਂਗੇ ਜਿਤਨਾ ਇੱਕ ਹਰੇ ਦਰਖਤ ਨੂੰ ਅੱਗ ਨਹੀਂ ਲੱਗਦੀ, ਤੂੰ ਵੀ ਹਰਿਆ ਹੋ ਚੁੱਕਿਆ ਹੈ। ਤੈਨੂੰ ਜਿਤਨਾ ਦੇ ਮਰਜ਼ੀ ਕੋ ਬੋਲ ਬੋਲੇ, ਤੈਨੂੰ ਹੁਣ ਅੱਗ ਨਹੀਂ ਲੱਗਦੀ। ਕੋਸ਼ਿਸ਼ ਕਰ, ਕੱਢ ਅੰਮ੍ਰਿਤ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਧਾ। ਸੰਜੋਰ ਸੰਜੋਰ, ਇਹਦੇ ਵਿੱਚ ਅੰਮ੍ਰਿਤ ਭਰ। ਵਾਹਿਗੁਰੂ 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 ਕਰੋ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਨੂੰ ਤੋਂ ਨੀਚ ਸਿੰਚੋ ਤੇ ਭਰੋ ਤਿਆਰੋ ਤੋ ਮਾਲੀ ਕੇ ਹੋ ਮਾਲੀ ਦੇ ਹੋ ਜਾਓਗੇ ਗੁਰੂ ਦੇ ਹੋ ਜਾਓਗੇ ਸਧਾਰਨ ਦੀ ਭਾਸ਼ਾ ਚ ਕੋ ਬੋਲਿਆ ਵਾਹਿਗੁਰੂ ਕੌਡਾ ਰਾਕਸ਼ ਜਦੋਂ ਪਹਿਲੇ ਦਿਨ ਮਿਲਿਆ ਨਾ ਸਰਕਾਰ ਨੂੰ ਤੇ ਮਰਦਾਨੇ ਨੂੰ ਫੜ ਲਿਆ ਸੀ ਕਿੰਨੇ ਕੌਡੇ ਰਾਕਸ਼ ਨੇ ਤਲਕੇ ਖਾਣ ਲੱਗਾ ਸੀ ਅੱਗੇ ਰੋਜ਼ ਹੀ ਕਹਿੰਦਾ ਸੀ ਮਰਦਾਨਾ ਵਾਹਿਗੁਰੂ ਮਗਰ ਅੱਜ ਭੈ ਵਿੱਚ ਪੜਿਆ ਗੁਰੂ ਯਾਦ ਕਰਕੇ ਪੜਿਆ ਮੂੰਹ ਚ ਨਿਕਲਿਆ ਵਾਹਿਗੁਰੂ ਕਿਹਦੇ ਮੂੰਹ ਚੋਂ ਭਾਈ ਮਰਦਾਨਾ ਜੀ ਦੇ ਸਰਕਾਰ ਜਿੱਥੇ ਬੈਠੀ ਸੀ ਉੱਥੋਂ ਉੱਠੀ ਵੀ ਮਰਦਾਨਾ ਅੱਗੇ ਵੀ ਵਾਹਿਗੁਰੂ ਵਾਹਿਗੁਰੂ ਜਪਦਾ ਸੀ ਅੱਜ ਬੜੇ ਭੈ ਵਿੱਚ ਵਾਹਿਗੁਰੂ ਆਖਿਆ ਉੱਠ ਕੇ ਗਏ ਤੇ ਇਤਰਾਂ ਫੜਿਆ ਮਰਦਾਨੇ ਨੂੰ ਖਾਣ ਨੂੰ ਤਿਆਰ ਸੀ ਗੁਰੂ ਨੂੰ ਵੇਖਿਆ ਉੱਥੇ ਹੀ ਹੱਥ ਖਲੋ ਗਏ ਸਰਕਾਰ ਨੇ ਆਖਿਆ ਕੀ ਕਰਨ ਲੱਗਾ ਸੈਂ ਕਹਿੰਦਾ ਤੁਹਾਡੇ ਸਾਥੀ ਨੂੰ ਖਾਣ ਲੱਗਾ ਸਾਂ ਧਿਆਨ ਦਿਓ ਜਰਾ ਟਿੱਕ ਟਿੱਕ ਕੇ ਜਿੰਨਾ ਮੰਟ ਲਓਗੇ ਉਹਨਾਂ ਨੂੰ ਦਿਓ ਤੁਹਾਡੇ ਸਾਥੀ ਨੂੰ ਸਾਹਿਬ ਨੇ ਆਖਿਆ ਖਾਂਦਾ ਨਹੀਂ ਫਿਰ ਮੈਂ ਤਾਂ ਤੈਨੂੰ ਡੱਕਿਆ ਨਹੀਂ ਕਹਿੰਦਾ ਮਹਾਰਾਜ ਤੁਸੀਂ ਨਹੀਂ ਡੱਕਿਆ ਜਦੋਂ ਮੈਨੂੰ ਫੜ ਕੇ ਸੁੱਟਣ ਲੱਗਿਆ ਤਾਂ ਮੂੰਹ 'ਚ ਕੁਝ ਨਿਕਲਿਆ ਨਹੀਂ ਪਤਾ ਲੱਗਾ ਪੁੱਤ ਇਹਦੇ ਮੂੰਹ ਦੇ ਵਿੱਚੋਂ ਕੁਝ ਸਰਕਾਰ ਨੇ ਆਖਿਆ ਕਿ ਤੁਸੀਂ ਬੋਲੋ ਹੁਣ ਸਾਹਿਬ ਕਹਿੰਦੇ ਮੈਂ ਸੁਣਿਆ ਨਹੀਂ ਤੁਹਾਡੇ ਅੰਦਰ ਵੀ ਇੱਕ ਕੌਡਾ ਰਾਕਸ਼ ਬੈਠਾ ਹੈ ਉਹਦੇ ਕੋਲੋਂ ਕਿਤੇ ਵਾਹਿਗੁਰੂ ਕਵਾ ਦਿਓ ਕੌੜਾ ਮਨ ਬੰਦੇ ਖਾਣਾ ਮੈਂ ਸੁਣਿਆ ਨਹੀਂ ਕਹਿੰਦੇ ਵਾਹਿਗੁਰੂ ਕੌਡੇ ਨੇ ਆਖਿਆ ਸਾਹਿਬ ਕਹਿੰਦੇ ਭਲਿਆ ਪੁਰਸ਼ਾ ਚੰਗੀ ਤਰ੍ਹਾਂ ਕਹਿ ਕਹਿੰਦੇ ਵਾਹਿਗੁਰੂ ਤੀਸਰੀ ਵਾਰ ਆਖ ਕੇ ਫਿਰ ਆਖਿਆ ਚੰਗੀ ਤਰ੍ਹਾਂ ਕਹਿ ਸਵਾਰ ਕੇ ਕਹਿ ਫਿਰ ਕਹਿੰਦਾ ਵਾਹਿਗੁਰੂ
ਸਰਕਾਰ ਨੇ ਪੰਜਵੀਂ ਵਾਰ ਆਖਿਆ, ਸੱਜਣਾ ਹੀ ਹੋਰ ਲਾ ਕੇ ਕਹਿ ਕੀ ਕਿਹਾ ਇਹਨੇ, ਇਹਦੇ ਮੂੰਹ ਚੋਂ ਕੀ ਨਿਕਲਿਆ ਵੀ ਤੂੰ ਖਾਣ ਤੋਂ ਹਟ ਗਿਆ ਹੈ। ਆਖੋ ਵਾਹਿਗੁਰੂ, ਕਹਿੰਦਾ ਮਹਾਰਾਜ ਕਿੰਨੀ ਕੁ ਵਾਰ ਕਰਾਂ, ਵਾਹਿਗੁਰੂ 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 ਵਾਹਿਗੁਰੂ, ਇੰਨੀ ਵਾਰ ਕਿਤੇ ਅਨੋਖੇ ਰੰਗ ਵਿੱਚ ਚਲੇ ਗਿਆ, ਪੈਰ ਚ ਚਲੇ ਗਿਆ, ਵਾਹਿਗੁਰੂ ਮੂੰਹ ਚੋਂ ਨਿਕਲਿਆ। ਮੇਰੀ ਸਰਕਾਰ ਨੇ ਆਖਿਆ ਖਾ ਲਾ, ਮੈਂ ਨਹੀਂ ਰੋਕਣਾ। ਤੇ ਪਤਾ ਕੀ ਕਹਿੰਦਾ ਸੀ, ਕਹਿੰਦਾ ਖਾਣ ਵਾਲਾ ਤੇ ਮਰ ਗਿਆ, ਜਿਹੜਾ ਮੇਰੇ ਅੰਦਰ ਰਾਕਸ਼ਸ ਬੈਠਾ ਸੀ ਜਦੋਂ ਤੂੰ ਵਾਹਿਗੁਰੂ ਕੋ ਆਇਆ ਹੈ, ਨਹੀਂ ਪਤਾ ਲੱਗਾ ਰੁਮਾਲ ਵਾਲੇ ਪੁੱਤ ਨੂੰ, ਦੁਬਾਰਾ ਕਹਿ ਸਕਦਾ ਦੁਬਾਰਾ ਮੈਂ, ਜੇ ਪਤਾ ਲੱਗੇ ਫਿਰ ਠੀਕ ਆ। ਆਖੋ ਵਾਹਿਗੁਰੂ, ਉਹ ਜਿਹੜਾ ਬੰਦੇ ਖਾਂਦਾ ਸੀ ਨਾ, ਰਾਕਸ਼ਸ ਬਿਰਤੀ ਸੀ, ਤੇਰੇ ਵਾਹਿਗੁਰੂ ਨੇ ਤੇਰੇ ਇਸ ਤਰੀਕੇ ਨੇ ਵੀ ਦੁਬਾਰਾ ਕਹਿ ਦੁਬਾਰਾ ਕਹਿ ਦੁਬਾਰਾ ਕਹਿ, ਜਿਉਂ ਜਿਉਂ ਮੈਂ ਦੁਬਾਰਾ ਕਹੀ ਗਿਆ ਮੈਂ ਇਕਾਗਰ ਹੁੰਦਾ ਗਿਆ, ਅੰਦਰਲਾ ਉਹ ਸੁਭਾਅ ਜਿਹੜਾ ਬੰਦੇ ਖਾਣ ਵਾਲਾ ਸੀ ਉਹ ਤੇ ਮਰ ਗਿਆ। ਹੁਣ ਤੇ ਕੋਈ ਹੋਰ ਅੰਦਰ ਪੈਦਾ ਹੋ ਗਿਆ, ਹੁਣ ਤੇ ਕੋਈ ਆਨੰਦ ਲੈਣ ਵਾਲੀ ਬਿਰਤੀ ਅੰਦਰ ਪੈਦਾ ਹੋ ਗਈ, ਜਿਹੜੀ ਇਹਦੇ ਚੋਂ ਆਨੰਦ ਲੱਭਦੀ ਬੰਦੇ ਖਾਣ ਚੋਂ ਨਹੀਂ। ਜਿੱਦਣ ਕਦੀ ਤੁਸੀਂ ਜੁੜ ਕੇ ਵਾਹਿਗੁਰੂ ਕਹਿ ਦੋਗੇ, ਸੱਚੀ ਮੁੱਚੀ ਕਿਸੇ ਨਾਲ ਠੱਗੀ ਨਹੀਂ ਮਾਰੋਗੇ। ਉਹ ਮਰ ਗਿਆ ਬੰਦਾ ਜਿਹੜਾ ਠੱਗੀ ਮਾਰਦਾ ਸੀ। ਕਦੀ ਕਿਸੇ ਦੀ ਧੀ ਵੱਲ ਨਹੀਂ ਵੇਖੋਗੇ, ਕਦੀ ਕਿਸੇ ਦੀ ਨਿੰਦਾ ਨਹੀਂ ਕਰੋਗੇ, ਕਦੀ ਕਿਸੇ ਦੀ ਬੁਰਾਈ ਨਹੀਂ ਕਰੋਗੇ। ਜਿੱਦਣ ਕਿਤੇ ਇਸ ਤਰ੍ਹਾਂ ਨਿਕਲ ਗਿਆ ਵਾਹਿਗੁਰੂ 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 ਵਾਹਿਗੁਰੂ, ਲੱਗ ਸਿੱਧਾ ਰੱਖੋ, ਗੋਡਿਆਂ ਤੇ ਹੱਥ ਰੱਖੋ, ਸੁਣੋ ਬਾਹਰ ਨਾ ਭੱਜਿਓ। ਤੇਰੀ ਉਮਰ ਕਿੰਨੀ? 18 ਸਾਲ ਦਾ ਗੁੱਪ ਚੰਗੀ ਮਾਂ ਨੇ ਆਣ ਕੇ ਸਿਰ ਤੇ ਹੱਥ ਫੇਰਿਆ। ਵੇਖਿਆ ਜੇ ਮਾਈਆਂ ਜਦੋਂ ਬੱਚਿਆਂ ਨੂੰ ਉਠਾਉਣਾ ਹੁੰਦਾ ਗਿੱਲੇ ਹੱਥ ਮੂੰਹ ਤੇ ਫੇਰਦੀਆਂ ਸੀ, ਚੇਤਾ ਜੇ ਕਿ ਨਹੀਂ? ਆਖੋ ਵਾਹਿਗੁਰੂ। ਉਨੀ ਕੁ ਪਾਣੀ ਦੀ ਸ਼ੋ ਸਾਰੀ ਨੀਂਦ ਉਡਾ ਦਿੰਦੀ ਸੀ,
ਤਨ ਨੇ ਉਹ ਲੋਕ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਕੇਸਾਂ 'ਚ ਠੰਡਾ ਜਲ ਪਾਉਂਦੇ ਆ, ਹੁਣ ਨਹੀਂ ਪਾਉਂਦੇ। ਨਹਾਉਣਾ ਵੀ ਹੈ ਤਾਂ ਗਰਮ ਪਾਣੀ ਨਾਲ ਨਹਾਉਣਾ ਹੈ, ਦੋ ਫਰਕ ਨੇ। ਗਰਮ ਪਾਣੀ ਨਾਲ ਨਹਾਓਗੇ ਸਰੀਰ ਦਾ ਖੂਨ ਤੁਰੂਗਾ ਅਤੇ ਤੁਹਾਨੂੰ ਐਂ ਲੱਗੂਗਾ ਜਿਵੇਂ ਤੁਹਾਡੇ ਪੱਟ 'ਤੇ, ਤੁਹਾਡੇ ਪੈਰ 'ਤੇ, ਤੁਹਾਡੇ ਹੱਥ 'ਤੇ ਕੀੜੀ ਤੁਰਦੀ, ਖੂਨ ਤੁਰ ਪਿਆ ਅੰਦਰ। ਜਦੋਂ ਤੁਸੀਂ ਘੜੀ ਮੁੜੀ ਇਤਨਾ ਇਤਨਾ ਕਰੋਗੇ ਸੁਰਤੀ ਨਹੀਂ ਜੁੜੂਗੀ। ਅੱਖ ਵਾਹਿਗੁਰੂ, ਜਦੋਂ ਠੰਡਾ ਪਾਣੀ ਸਿਰ 'ਚ ਪਾ ਲਓਗੇ ਕੁਛ ਸਮੇਂ ਲਈ ਖੂਨ ਦੀ ਸਰਕੂਲੇਸ਼ਨ ਰੁਕ ਜੂਗੀ, ਉਨੇ ਚਿਰ 'ਚ ਤੁਹਾਡੀ ਕੁੰਡੀ ਅੜ ਜਾਣੀ, ਤੁਹਾਡੀ ਤਾਰ ਜੁੜ ਜਾਣੀ ਰੱਬ ਦੇ ਨਾਲ। ਗਰੀਬ ਨਿਵਾਜ ਦੇ ਬੋਲ ਨੇ, ਠੰਡੇ ਪਾਣੀ ਜੋ ਨਹਿ ਨਾਵੇ, ਪੜ੍ਹਿਆ ਜਿਕ ਨਹੀਂ ਰਹਿਤ ਮਰਿਆਦਾ 'ਚ, ਠੰਡੇ ਪਾਣੀ ਤਨਖਾਹਦਾਰ ਵੈ ਵੱਡਾ ਕਹਾਵੇ। ਤਨਖਾਹਦਾਰ ਨਹੀਂ, ਵੱਡਾ ਤਨਖਾਹਦਾਰ। ਜਿਹੜਾ ਠੰਡੇ ਪਾਣੀ ਨਾਲ ਇਸ਼ਨਾਨ ਨਹੀਂ ਕਰਦਾ ਉਹ ਗੁਰੂ 'ਤੇ ਚੌਰ ਨਹੀਂ ਕਰ ਸਕਦਾ। ਆਖੋ ਵਾਹਿਗੁਰੂ, ਜਿਹੜਾ ਠੰਡੇ ਪਾਣੀ ਨਾਲ ਇਸ਼ਨਾਨ ਨਹੀਂ ਕਰਦਾ ਉਹ ਗੁਰੂ ਕੀ ਦੇਗ ਨਹੀਂ ਵਰਤਾ ਸਕਦਾ। ਲਿਖਿਆ ਹੋਇਆ ਇਹ ਰਹਿਤ ਮਰਿਆਦਾ 'ਚ। ਚਲੋ ਬਹੁਤਾ ਨਹੀਂ ਕਹਿੰਦਾ, ਮੇਰੇ ਨਾਲ ਤਾਂ ਅੱਗੇ ਹੀ ਪਹਿਲਾਂ ਬੜੇ ਪਿਆਰ ਕਰਦੇ ਲੋਕ ਇਹਨਾਂ ਗੱਲਾਂ ਤੋਂ ਜਦੋਂ ਸੱਚੀਆਂ ਗੱਲਾਂ ਦੱਸੀਏ। ਆਖੋ ਵਾਹਿਗੁਰੂ, ਠੰਡੇ ਪਾਣੀ ਨਾਲ ਖੂਹ ਦੇ ਉੱਤੋਂ ਇਸ਼ਨਾਨ ਕੀਤਾ। ਕਿੰਨੇ ਸਾਲ ਦੇ ਬੱਚੇ ਨੇ? 18 ਸਾਲ ਦਾ ਨੌਜਵਾਨ ਹੀ ਹੋ ਗਿਆ ਸੀ, ਪਰ ਅੱਗੇ ਭੋਲੇ ਹੁੰਦੇ ਸੀ 18-18 ਸਾਲਾਂ ਦੇ ਬੱਚੇ ਵੀ। ਮਾਂ ਅੱਜ ਬੜਾ ਪਿਆਰ ਨਾਲ ਆਖੇ, ਛੇਤੀ ਉੱਠ ਇਸ਼ਨਾਨ ਕਰ, ਤੇਰੇ ਬਾਪੂ ਨੇ ਕਰ ਲਿਆ, ਮੈਂ ਕਰ ਲਿਆ, ਪੁੱਤ ਛੇਤੀ ਇਸ਼ਨਾਨ ਕਰਕੇ ਆ, ਜਾਣਾ ਕਿੱਥੇ? ਅਤੇ ਮਾਂ ਨੇ ਬੜੇ ਪਿਆਰ ਵਿੱਚ ਗੱਲ ਨਾਲ ਘੁੱਟ ਕੇ ਲਾ ਕੇ ਆਖਿਆ, ਪੁੱਤ ਅੱਜ ਅਸੀਂ ਤੇਰੇ ਨਾਨਕੇ ਜਾਣਾ ਹੈ। ਪਤਾ ਬੱਚੇ ਨੂੰ ਕਿੰਨੀ ਖੁਸ਼ੀ ਚੜ੍ਹਦੀ ਜਦੋਂ ਕਹੀਏ, ਤੁਹਾਨੂੰ ਵੀ ਚੜ੍ਹੀ ਸੀ, ਚੜ੍ਹੀ ਸੀ, ਤੁਹਾਨੂੰ ਕਹਿ ਰਿਹਾ ਗਰਮਾਲ ਵਾਲੇ ਪੁੱਤ ਨੂੰ ਚੜ੍ਹਦੀ ਹੈ ਨਾ ਜਦੋਂ ਨਾਨਕੇ ਜਾਣਾ ਹੋਵੇ, ਨਾਨਕੇ ਜਾਣ ਦੀ ਖੁਸ਼ੀ ਚੜ੍ਹ ਗਈ। ਅੱਛਾ ਨਾਨਕੇ ਜਾਣਾ ਹੈ, ਭੱਜ ਗਿਆ ਖੂਹ ਦੇ ਉੱਤੇ ਚੁੱਭੀ ਲਾ ਕੇ ਆ ਗਿਆ, ਦਮਾਲਾ ਸਜਾ ਕੇ ਕਹਿੰਦਾ ਮਾਂ ਮੈਂ ਰੈਡੀ ਹਾਂ, ਚਲੋ ਨਾਨਕੇ ਚੱਲੀਏ। ਮਾਂ ਦੇ ਕਦਮ ਕਿਸੇ ਹੋਰ ਪਾਸੇ ਤੁਰੇ, ਬੱਚੇ ਨੂੰ ਪਤਾ ਸੀ ਵੀ ਅੱਗੇ ਨਾਨਕੇ ਜਾਂਦੇ ਸਨ ਅਤੇ ਐਂ ਨੂੰ ਜਾਂਦੇ ਸਨ, ਹਾਜ਼ਰੋ ਅੱਗੇ ਨਾਨਕੇ ਜਾਂਦੇ ਹਨ ਅਤੇ ਕਦਮ ਐਂ ਨੂੰ ਤੁਰਦੇ ਸੀ, ਪਿੰਡੋਂ ਤੁਰ ਪਏ, ਅੱਗੇ ਅਸਥਾਨ ਆ ਗਿਆ ਸ਼੍ਰੀ ਤਰਨ ਤਾਰਨ ਸਾਹਿਬ, ਅਤੇ ਤਰਨ ਤਾਰਨ ਸਾਹਿਬ ਜਾ ਕੇ ਇਸ਼ਨਾਨ ਕੀਤਾ, ਕੜਾਹ ਪ੍ਰਸ਼ਾਦ ਦੀ ਦੇਖ ਕਰਾਈ। ਬੜੇ ਪਿਆਰ ਨਾਲ ਪੁੱਛਦਾ ਮਾਂ ਅੱਜ ਨਾਨਕਿਆਂ ਦਾ ਪਿੰਡ ਬਦਲ ਗਿਆ ਹੈ? ਕਹਿੰਦੀ ਨਹੀਂ ਪੁੱਤ, ਨਾਨਕੇ ਚੱਲਾਂਗੇ। ਉੱਥੋਂ ਤੁਰੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਅੰਮ੍ਰਿਤਸਰ ਸਾਹਿਬ ਇਸ਼ਨਾਨ ਕੀਤਾ, ਦੇਖ ਕਰਵਾਈ, ਉੱਥੋਂ ਫਿਰ ਤੁਰ ਪਏ, ਬਾਬਾ ਬਕਾਲਾ ਸਾਹਿਬ ਆ ਗਏ। ਉੱਥੇ ਆਣ ਕੇ ਮੱਥਾ ਟੇਕਿਆ, ਤੁਸੀਂ ਹੋ ਬਾਬੇ ਬਕਾਲੇ ਦੇ? ਅੱਛਾ। ਉੱਥੇ ਆਣ ਕੇ ਦੇਖ ਕਰਵਾਈ, ਮੱਥਾ ਟੇਕਿਆ, ਉੱਥੋਂ ਤੁਰੇ ਕਰਤਾਰਪੁਰ ਸਾਹਿਬ ਆ ਗਏ। ਕਰਤਾਰਪੁਰ ਸਾਹਿਬ ਤੋਂ ਤੁਰੇ ਅਤੇ ਕੀਰਤਪੁਰ ਸਾਹਿਬ ਆ ਗਏ। ਆਖੋ ਵਾਹਿਗੁਰੂ, ਕਿੱਥੇ ਜੀ? ਕੀਰਤਪੁਰ ਸਾਹਿਬ ਆਣ ਕੇ ਮੱਥਾ ਟੇਕਿਆ ਅਤੇ ਮਾਂ ਇੱਧਰਲੇ ਪਾਸੇ ਨੂੰ ਹੋ ਤੁਰੀ। ਪਤਾ ਲੱਗ ਹੀ ਰਿਹਾ ਹੋਣਾ ਵੀ ਕਿੱਧਰ ਨੂੰ ਜਾਣਾ ਹੁਣ। ਆਖੋ ਵਾਹਿਗੁਰੂ, ਰੱਜ ਕੇ ਬੋਲੋ। ਜਦੋਂ ਐਨੂੰ ਹੱਥ ਕਰਕੇ ਮੁੜੀ, ਫਿਰ ਚੜ੍ਹਦੇ ਨੂੰ ਜਾਂਦੀ ਜਾਂਦੀ ਇੱਕ ਸਾਈਡ ਨੂੰ ਅਤੇ ਆਖਿਆ ਮਾਂ ਨਾਨਕੇ ਤਾਂ ਆਪਣੇ ਇੱਧਰ ਹੈ ਹੀ ਨਹੀਂ। ਨਹੀਂ ਪੁੱਤ, ਹਾਏ
ਬੱਚੇ ਨੂੰ ਉਸੇ ਵੇਲੇ ਹੈਰਾਨੀ ਹੋਈ ਜਦੋਂ ਕਿਹਾ ਪੁੱਤ ਅਸੀਂ ਤੇਰੇ ਦਾਦਕੇ ਚੱਲੇ ਹਾਂ। ਉੱਥੋਂ ਤੱਕ ਕੀ ਕਹਿੰਦੀ ਆਈ? ਉੱਚੀ ਬੋਲੋ। ਇੱਧਰ ਨੂੰ ਆਖ ਦਿੱਤਾ ਤੇਰੇ ਦਾਦਕੇ ਚੱਲੇ। ਮਾਂ ਸਵੇਰ ਦੀ ਸ਼ਾਮ ਦੀ ਤੂੰ ਇੱਕੋ ਹੀ ਗੱਲ ਕਹਿੰਦੀ ਰਹੀ ਵੀ ਨਾਨਕੇ ਚੱਲੇ, ਹੁਣ ਦਾਦਕੇ ਕਿਤਨਾ ਬਦਲ ਗਏ। ਪੁੱਤਰਾ ਤੂੰ ਭਾਗਾਂ ਵਾਲਾ ਹੈ, ਤੂੰ ਇੱਕ ਵਾਹਿਗੁਰੂ ਕਾ ਸਿੱਖ ਹੈ, ਜਿਹੜੇ ਨਾਨਕੇ ਤੇ ਦਾਦਕੇ ਇੱਕੇ ਘਰ ਚ ਨੇ, ਹੋਏ ਨੀ ਕਦੀ ਸੰਸਾਰ ਚ। ਆਖੋ ਵਾਹਿਗੁਰੂ, ਮਗਰ ਸੰਸਾਰ ਤੋਂ ਵੱਖਰੀ ਕਹਾਣੀ ਕਰਨ ਵਾਲੇ ਪਾਤਸ਼ਾਹ ਨੇ, ਜੇ ਸਿੰਘ ਨੇ ਅੰਮ੍ਰਿਤ ਛਕਿਆ ਹੈ ਤੇ ਸਿੰਘ ਵੱਲੋਂ ਬੱਚੇ ਦੇ ਦਾਦਕੇ ਨੇ, ਜੇ ਬੀਬੀ ਰਾਣੀ ਨੇ ਅੰਮ੍ਰਿਤ ਛਕਿਆ ਤੇ ਉਹਦੇ ਵੱਲੋਂ ਉਹਦੇ ਪਿਓ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ, ਤੇ ਜੇ ਮਾਤਾ ਨੇ ਬੀਬੀ ਨੇ ਅੰਮ੍ਰਿਤ ਛਕਿਆ ਤੇ ਉਹਦੇ ਪਿਤਾ ਦਾ ਨਾਮ ਵੀ, ਪਿਓ ਵੱਲੋਂ ਦਾਦਕੇ ਤੇ ਮਾਂ ਵੱਲੋਂ ਇੱਕੇ ਘਰ ਚ ਹੀ ਨੇ। ਅੱਗੇ ਹੋ ਕੇ ਖਲੋ ਗਿਆ, ਮਾਂ ਨਾਨਕੇ ਘਰ ਚ ਕੌਣ ਕੌਣ ਰਹਿੰਦਾ ਹੈ? ਆਖੋ ਵਾਹਿਗੁਰੂ, ਵੇਖੋ ਟਿਕ ਕੇ ਸੁਣਿਓ ਫਿਰ ਆਨੰਦ ਆਉਣਾ। ਨਾਨਕੇ ਘਰ ਚ ਉਹਨੇ ਕਿਹਾ ਪਰਿਵਾਰ ਤੇ ਪੁੱਤ ਬੜਾ ਵੱਡਾ ਹੈ, ਪਰਿਵਾਰ ਤੇ ਮਗਰ ਆਪਾਂ ਤੇਰੇ ਨਾਨੇ ਨੂੰ ਮਿਲਣ ਚੱਲੇ। ਕੀ ਨਾਂ ਹੈ ਮੇਰੇ ਨਾਨੇ? ਮੇਰੇ ਨਾਨੇ ਦਾ? ਤੇ ਮਾਂ ਨੇ ਆਖਿਆ ਪੁੱਤ ਉਹਨੂੰ ਹਰਦੋਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ, ਉਹ ਤੇਰਾ ਨਾਨਾ ਹੈ। ਆਖੋ ਵਾਹਿਗੁਰੂ, ਜਿੰਨੀਆਂ ਨੇ ਤੁਹਾਡੇ ਵਿੱਚੋਂ ਅੰਮ੍ਰਿਤ ਛਕਿਆ ਤੁਹਾਨੂੰ ਦੱਸਿਆ ਨੀ ਪੰਜ ਪਿਆਰਿਆਂ ਨੇ ਤੁਹਾਡੇ ਪਿਤਾ ਦਾ ਨਾਮ? ਨਾਨਾ ਹੈ ਤੇਰਾ। ਅੱਛਾ, ਹੋਰ ਕੀ ਕਹਿੰਦੇ? ਬੱਚੇ ਨੂੰ ਆਨੰਦ ਆਉਣ ਲੱਗ ਪਿਆ, ਕਹਿੰਦੇ ਹੋਰ ਕੀ ਕਹਿੰਦੇ ਮੇਰੇ ਨਾਨੇ ਨੂੰ? ਕਹਿੰਦੇ ਪੁੱਤਰਾ ਉਹਨੂੰ ਸ਼ਾਹੇ ਸ਼ਹਿਨ ਸ਼ਾਹ ਕਹਿੰਦੇ, ਇਹ ਵੀ ਤੇਰੇ ਨਾਨੇ ਦਾ ਨਾਂ ਹੈ। ਬੱਚਾ ਇੰਟਰਸਟਡ ਹੁੰਦਾ ਗਿਆ, ਕਹਿਣ ਲੱਗਾ ਹੋਰ ਵੀ ਕੋਈ ਨਾਂ ਹੈ? ਪੁੱਤ ਬੜੇ ਨਾਂ ਨੇ, ਬੜੇ ਨਾਂ ਨੇ ਤੇਰੇ ਨਾਨੇ ਦੇ। ਹੱਕ ਹੱਕ ਆਇਨਾ ਗੁਰ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰ ਗੋਬਿੰਦ ਸਿੰਘ, ਖਾਲਸਾ ਬੇਕੀਨਾ ਗੁਰ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ। ਮਾਂ ਆ ਗੱਲਾਂ ਕਰਦੀ ਕਰਦੀ ਤੂੰ ਬਚਨ ਦੱਸਦੀ ਦੱਸਦੀ ਇੱਕ ਬੋਲ ਗਈ ਹੈ ਕਿ ਆਈ ਨਾ, ਆਈ ਨਾ। ਮਾਂ ਆਈਨਾ ਤੇ ਕਿਹਨੂੰ ਕਹਿੰਦੇ ਪੁੱਤ? ਸ਼ੀਸ਼ੇ ਨੂੰ ਕਹਿੰਦੇ। ਮੇਰਾ ਨਾਨਾ ਸ਼ੀਸ਼ਾ ਹੈ? ਤੇ ਮਾਂ ਨੇ ਗੱਲਾਂ ਲਾ ਕੇ ਕਿਹਾ ਹਾਂ ਪੁੱਤਰਾ, ਤੇਰਾ ਨਾਨਾ ਸੱਚ ਦਾ ਸ਼ੀਸ਼ਾ ਹੈ, ਉਹਦੇ ਅੰਦਰ ਅੰਦਰ ਦੀ ਤਸਵੀਰ ਦਿਸਦੀ। ਅੱਖ ਵਾਹਿਗੁਰੂ, ਗੁਰੂ ਗੋਬਿੰਦ ਸਿੰਘ ਇੱਕ ਐਸਾ ਸ਼ੀਸ਼ਾ ਹੈ ਜਿਹਦੇ ਵਿੱਚ ਬੰਦੇ ਦੇ ਅੰਦਰ ਦੀ ਤਸਵੀਰ ਦਿਸਦੀ। ਪਚੰਗੀ ਸੀ, ਅਜੇ ਦੁਨੀਆਂ ਦਾ ਇੰਨਾ ਜ਼ਿਆਦਾ ਰੰਗ ਨਹੀਂ ਸੀ ਚੜਿਆ। ਭੋਲੇਪਨ ਚ ਕਹਿੰਦਾ ਮੈਂ ਵੀ ਫਿਰ ਸ਼ੀਸ਼ਾ ਵੇਖੂ, ਤੇ ਮਾਂ ਨੇ ਆਖਿਆ ਵੇਖ ਲਈ, ਸਾਰੀ ਦੁਨੀਆਂ ਵੇਖਦੀ, ਸਤਿਗੁਰੂ ਨੂੰ ਸਭ ਕੁਝ ਦੇਖਦਾ, ਸਾਰਾ ਸੰਸਾਰ ਉਹਦੇ ਵੱਲ ਵੇਖਦਾ, ਤੂੰ ਵੀ ਵੇਖਣੀ ਸ਼ੀਸ਼ਾ। ਤੁਰੇ ਤੁਰੇ ਆਉਂਦੇ ਪਤਾ ਨੀ ਕਿੰਨੀ ਵਾਰ ਅਨੰਦਪੁਰ ਸਾਹਿਬ ਦੀ ਧਰਤੀ ਦਾ ਮਾਂ ਨੇ ਜ਼ਿਕਰ ਕੀਤਾ। ਜਦੋਂ ਅਨੰਦਪੁਰ ਸਾਹਿਬ ਸਾਹਮਣੇ ਆ ਗਿਆ, ਗੁੰਬਦ ਸਾਹਮਣੇ ਆ ਗਏ, ਤੇ ਮਾਂ ਨੇ ਲੰਮੇ ਪੈ ਕੇ ਉਸ ਧਰਤੀ ਦੀ ਮਿੱਟੀ ਨੂੰ ਚੁੰਮਿਆ, ਇੱਥੋਂ ਮੈਨੂੰ ਜੀਵਨ ਮਿਲਿਆ ਹੈ, ਇੱਥੋਂ ਮੇਰੇ ਘਰਦੇ ਨੂੰ ਜੀਵਨ ਮਿਲਿਆ ਹੈ,
ਇੱਥੋਂ ਖਾਲਸੇ ਨੂੰ ਜੀਵਨ ਮਿਲਿਆ, ਮਿੱਟੀ ਚੁੰਮ ਕੇ ਮੱਥੇ ਨੂੰ ਲਾ ਕੇ ਫਿਰ ਆਖਿਆ, ਮਾਂ ਤੂੰ ਇੱਥੋਂ ਦੀ ਮਿੱਟੀ ਕੋ ਚੁੰਮੀ, ਪੁੱਤ ਤੂੰ ਵੀ ਚੁੰਮ, ਇੱਥੋਂ ਤੇਰੇ ਬਾਪੂ ਨੂੰ ਤੇ ਮੈਨੂੰ ਜੀਵਨ ਮਿਲਿਆ। ਪੀਵੋ ਪੌਲ ਹੋਏ, ਇੱਥੇ ਪੁੱਤ ਜਨਮ ਸੁਹੇਲਾ ਹੋਣ ਦੀ ਦਵਾਈ ਮਿਲਦੀ, ਦਾਰੂ ਮਿਲਦਾ ਇੱਥੇ। ਤੁਰਿਆ ਤੁਰਿਆ ਆਉਂਦਾ ਜਦੋਂ ਤਾਂ ਚੜ੍ਹਨ ਲੱਗਾ ਪਹਾੜੀ ਤੇ, ਕਹਿੰਦਾ ਮਾਂ ਤੁਸੀਂ ਜਾ ਕੇ ਕੀ ਕਰਨਾ ਹੈ? ਤੇ ਮਾਂ ਨੇ ਆਖਿਆ, ਅਸੀਂ ਤੇ ਕੀਰਤਨ ਸੁਣਨਾ ਹੈ, ਵਿੱਚ ਸਰਕਾਰ ਬੈਠੀ ਹੈ, ਆਖੋ ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ। ਇੱਕ ਸ਼ਾਹੂਕਾਰ ਹੋਇਆ, ਉਹਦੀ ਪੋਤਰੀ ਨੇ ਆਖਿਆ ਸੀ, ਉਹਦੀ ਪੋਤਰੀ ਨੇ ਆਖਿਆ ਸੀ, ਦਾਦਾ ਉਹਦੇ ਚਾਰ ਪੁੱਤ ਮੁਗਲਾਂ ਨੇ ਮਾਰਤੇ ਸੀ ਸ਼ਾਹੂਕਾਰ ਦੇ, ਉਹਦੀ ਇੱਕ ਪੋਤਰੀ ਜਿੰਦੀ ਰਹਿ ਗਈ, ਹੋਰ ਸਾਰਾ ਟੱਪਰ ਮਾਰਤਾ, ਦਾਦਾ ਰਹਿ ਗਿਆ, ਪੋਤਰੀ ਰਹਿ ਗਈ। ਦੋ ਮਿੰਟ ਲਈ ਦਾਦਾ ਰੋਂਦਾ ਸੀ, ਕਦੀ ਕਿਸੇ ਨੂੰ ਜਾ ਕੇ ਕਹਿੰਦਾ ਮੇਰਾ ਘਰ ਲੁੱਟਿਆ ਗਿਆ, ਕਦੀ ਕਿਸੇ ਨੂੰ ਕਹਿੰਦਾ ਮੇਰਾ ਘਰ ਲੁੱਟਿਆ ਗਿਆ। ਪੋਤਰੀ ਨੇ ਇੱਕ ਦਿਨ ਆਖਿਆ ਸ਼ਾਹੂਕਾਰ ਨੂੰ, ਪੋਤਰੀ ਆਖਦੀ ਏ ਚੱਲ ਚੱਲੀਏ ਗੁਰੂ ਦਰਬਾਰ ਬਾਬਾ, ਚੱਲ ਚੱਲੀਏ, ਉੱਚੀ ਬੋਲੋ ਗੁਰੂ ਦਰਬਾਰ ਬਾਬਾ। ਜਨਮਾਂ ਜਨਮਾਂ ਦੇ ਦੁੱਖ ਉਹ ਕੱਟ ਦਿੰਦਾ ਏ ਜਦੋਂ ਦੇਖਦਾ ਨਾਲ ਪਿਆਰ ਬਾਬਾ। ਅਨੰਦਪੁਰ ਸਾਹਿਬ ਜਿਹੜੇ ਜਾਂਦੇ ਆ ਨਾ, ਜਿਨ੍ਹਾਂ ਨੂੰ ਪਿਆਰ ਭਰੀ ਨਜ਼ਰ ਪਾ ਦਿੰਦਾ ਹੈ ਨਾ, ਜਨਮਾਂ ਜਨਮਾਂ ਦੇ ਦੁੱਖ ਕੱਟ ਕੇ ਰੱਖ ਦਿੰਦਾ, ਚੱਲ ਬਾਪੂ ਆਪਾਂ ਵੀ ਉੱਥੇ ਚੱਲੀਏ, ਸਾਰੇ ਦੁੱਖ ਨਾਸ ਹੋਣਗੇ। ਇਹਨਾਂ ਲੋਕਾਂ ਦੇ ਬੂਹੇ ਅੱਗੇ ਜਾ ਜਾ ਕੇ ਪੁਕਾਰਾ ਨਾ ਕਰ, ਚੱਲ ਉਹਦੇ ਸਗਲ ਦੁਆਰ ਕੋ ਛੱਡ ਕੇ ਜਯੋ ਨਹੀਂ। ਇੰਨਾ ਕੁ ਫਰਕ ਸਮਝੋ ਪੜ੍ਹਨ ਲੱਗੇ ਤੁਸੀਂ, ਗਏਓ ਪਾਠ ਨਹੀਂ ਗਹਿਓ। ਹਾਂ ਇਹ ਨਾਲ ਵੇਖਿਓ ਉੱਤੇ ਗੁਟਕਾ ਸਾਹਿਬ ਤੇ, ਗਹਿਓ ਮਨ ਦਾ ਪਕੜਨਾ, ਗਹਿਓ ਦਾ ਮਤਲਬ ਜਾਣਾ, ਜਾਣਾ ਤੇ ਪਕੜਨਾ ਦੋ ਵੱਖਰੇ ਵੱਖਰੇ ਅਰਥ ਆ। ਗਹਿਓ ਤੁਹਾਰੋ ਦੁਆਰ ਬਾਏ ਗਹੇ ਕੀ ਗੋਬਿੰਦ ਦਾਸ ਦੁਆਰ। ਉੱਥੇ ਚਲੇ ਗਿਆ, ਕਹਿਣ ਲੱਗਾ ਮੈਂ ਸ਼ੀਸ਼ਾ ਵੇਖਣਾ। ਮਾਂ ਕੀਰਤਨ ਵਿੱਚ ਜੁੜ ਕੇ ਬਹਿ ਗਈ, ਬੁੱਤ ਬਣ ਗਈ ਤੇ ਸੁਰਤ ਚਾੜ ਦਿੱਤੀ ਸ਼ਬਦ ਵਿੱਚ ਜਿਹੜਾ ਸ਼ਬਦ ਚੱਲਣ ਡਿਆ ਸੀ। ਬੱਚੇ ਨੇ ਆਣ ਕੇ ਮੋਢੇ ਤੇ ਹੱਥ ਲਾ ਕੇ ਆਖਿਆ ਮਾਂ ਸ਼ੀਸ਼ਾ ਕਿੱਥੇ? ਮਾਂ ਨੇ ਆਖਿਆ ਜਾ ਫਿਰ ਗੁਰਸਿੱਖਾਂ ਦੇ ਭਾਂਡੇ ਮਾਂਜ, ਫਿਰ ਤੈਨੂੰ ਸ਼ੀਸ਼ਾ ਦਿਸ ਪਊ, ਆਖੋ ਵਾਹਿਗੁਰੂ। ਸਮਝ ਰਹੇ ਹੋ ਪੁੱਤ, ਜੁੜੇ ਹੋ ਨਾ ਗੁਰੂ ਕੇ ਸਿੱਖੋ, ਜੁੜੇ ਹੋ ਨਾ। ਉੱਥੇ ਜਾ ਕੇ ਭਾਂਡੇ ਮਾਂਜਣ ਲੱਗ ਪਿਆ, ਇੱਕ ਭਾਂਡੇ ਨੂੰ ਫੜਿਆ, ਇੰਨਾ ਮਾਂਜਿਆ, ਇੰਨਾ ਮਾਂਜਿਆ, ਇੰਨਾ ਸਾਫ਼ ਹੋ ਗਿਆ। ਉਹਦੇ ਵਿੱਚ ਉਸ ਭਚੰਗੀ ਨੂੰ ਆਪਣੀ ਤਸਵੀਰ ਦਿਸੀ ਤੇ ਬੋਲ ਕੇ ਇਸ ਤਰ੍ਹਾਂ ਕਹਿੰਦਾ ਇਹ ਤੇ ਮੈਂ ਹਾਂ। ਜਿਹਨੇ ਵੇਖਿਆ ਉਹਨੇ ਕੀ ਕਿਹਾ? ਕੁਛ ਸਵਾ ਸੱਤ ਫੁੱਟ ਉੱਚਾ ਪਿੱਛੋਂ ਆਇਆ, ਜਿਹਦੇ ਮੋਢੇ ਤੇ ਬਾਜ ਸੀ, ਜਿਹਦੇ ਤੀਰਾਂ ਦਾ ਪੱਤਾ ਸੀ, ਬੜੀ ਰੂਹਾਨੀ ਸੂਰਤ ਸੀ। ਉਹਨੇ ਮੋਢੇ ਤੇ ਹੱਥ ਲਾ ਕੇ ਆਖਿਆ ਤੂੰ ਵੀ ਤੇ ਹੈ, ਇੱਕ ਮਾਈ ਵਾਲਿਆਂ ਨੂੰ ਪਤਾ ਤੂੰ ਹੀ ਤੇ ਹੈ, ਦੂਸਰਾ ਤੇ ਕੋਈ, ਤੂੰ ਹੀ ਹੈ। ਸਮੇਂ ਜੋਤ ਤਿਸ ਦੇ ਚਾਨਣ, ਤੇਰੇ ਤੋਂ ਬਿਨਾਂ ਤੇ ਦੂਸਰਾ ਕੋਈ ਹੈ ਹੀ ਨਹੀਂ। ਇੱਧਰ ਤਾਂ ਵੇਖਿਆ ਲੰਬਾ ਇਹ ਵੀ ਬੜਾ ਸੀ, ਆਖੋ ਵਾਹਿਗੁਰੂ ਗੱਜ ਕੇ ਬੋਲੋ ਨਾ।
ਜਿਹੜਾ 7.5 ਫੁੱਟ ਲੰਬਾ ਸੀ ਨਾ, ਸਿਰ 'ਤੇ ਕਲਗੀ ਸੀ, ਉਹਦੇ ਵੱਲ ਵੇਖ ਕੇ ਆਪ ਜੀ ਕੌਣ ਉਹਨੇ ਆਖਿਆ, ਮੈਂ ਬਾਅਦ 'ਚ ਦੱਸੂੰਗਾ, ਪਹਿਲਾਂ ਤੂੰ ਦੱਸ ਤੂੰ ਕੌਣ। ਕਹਿੰਦਾ ਜੀ ਦੀਪਾ ਨਹੀਂ ਬਦਲਣਾ, ਮੇਰਾ ਨਾਮ ਦੀਪਾ। ਸਰਕਾਰ ਨੇ ਆਖਿਆ, ਅੱਛਾ ਜਗਿਆ ਹੈ ਕਿ ਬੁਝਿਆ ਹੈ? ਨਹੀਂ, ਦੀਪਾ ਕੀ ਹੁੰਦਾ? ਦੀਪਕ ਜਗਿਆ ਹੈ ਕਿ ਬੁਝਿਆ ਹੈ? ਪੈਰਾਂ ਤੋਂ ਲੈ ਕੇ ਸਿਰ ਤੱਕ ਕੰਬ ਗਿਆ। ਕਹਿੰਦਾ ਮਹਾਰਾਜ ਇਹ ਕੀ ਆਖਿਆ ਜੇ? ਕਹਿੰਦਾ ਦੀਪਾ ਨਾਮ ਦੀਵੇ ਦਾ ਹੁੰਦਾ ਹੈ, ਮੈਨੂੰ ਦੱਸ ਤੂੰ ਜਗਿਆ ਹੈ ਕਿ ਬੁਝਿਆ ਹੈ? ਗੁਰੂ ਦੇ ਦਰਸ਼ਨ ਕੀਤਿਆਂ, 5 ਭਾਂਡੇ ਮਾਂਜਿਆ, ਇੰਨੀ ਦਿਮਾਗ ਉੱਜਲ ਮੱਤ ਹੋ ਗਈ। ਉਸੇ ਘੜੀ ਕਹਿੰਦਾ ਮਹਾਰਾਜ ਜੇ ਮੈਂ ਬੁਝਿਆ ਵਾ ਤੇ ਜਗਾ ਦੋ। ਤੁਸੀਂ ਵੀ ਕਹੋ ਨਾ ਗਰੀਬ ਨਵਾਜ, ਜੇ ਅਸੀਂ ਬੁਝੇ ਦੀਵੇ ਹਾਂ ਤੇ ਸਾਨੂੰ ਤੇ ਉਹ ਵੀ ਜਗਾ ਸਕਦਾ ਹੈ। ਕਰ ਕਿਰਪਾ ਜੋ ਸਤਿਗੁਰ ਮਿਲਿਓ, ਮਨ ਮੰਦਰ ਮੈਂ ਦੀਪਕ ਜਲਿਓ। ਮਨ ਦੇ ਮੰਦਰ ਵਿੱਚ, ਹਨੇਰੀ ਕੋਠੜੀ ਚ, ਵਾਹਿਗੁਰੂ 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 ਧੁਨੀ ਚ ਗੁਰੂ, ਧੁਨੀ ਚ ਗੁਰੂ, ਨੀਂਦ ਨਹੀਂ ਆਊਗੀ, ਸੁਸਤੀ ਨਹੀਂ ਪਊਗੀ। ਵਾਹਿਗੁਰੂ ਗੁਰੂ ਵਾਹਿਗੁਰੂ 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 ਸਤਨਾਮ ਸਿੰਘ। ਜੇ ਮੈਂ ਬੁਝਿਆ ਵਾਂ, ਸਾਰਿਆਂ ਕਿਹਾ ਜੇ ਬੁਝੇ ਸਾਰਿਆਂ ਦੇ ਹੀ ਹੈ ਜੇ। ਕੋਈ ਨਾ ਕੋਈ ਹੋ ਗੁਰੂ ਘਰ ਰੱਬ ਦਾ ਪਿਆਰਾ ਜਿਹਦੇ ਅੰਦਰ ਜਗ ਪਿਆ ਹੋਊਗਾ ਦੀਵਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਖਿਆ ਜਗਾ ਦਿਓ, ਤੇ ਸਰਕਾਰ ਨੇ ਦੋਵਾਂ ਹੱਥਾਂ ਨਾਲ ਕੁੱਟ ਕੇ ਕਲੇਜੇ ਨਾਲ ਲਾ ਕੇ ਆਖਿਆ, ਪੁੱਤਰਾ ਸੁਣਿਓ, ਹੁਣ ਸਵੇਰੇ ਕਿਸੀ ਇਸ਼ਨਾਨ ਕਰਕੇ 11 ਵਜੇ ਤਖ਼ਤ ਸਾਹਿਬ ਤੇ ਆ ਜਾਈ, ਜਨਮਾਂ ਦਾ ਬੁਝਿਆ ਦੀਵਾ ਜਗਾ ਦਿਓ। ਆ ਜਿਹੜੀ ਇਹਨਾਂ ਨੇ ਗੱਲ ਕੀਤੀ ਹੁਣੇ ਵੀ 19 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ, ਤੂੰ ਆ ਜਾਈ ਸਵੇਰੇ ਕੇਸੀ ਇਸ਼ਨਾਨ ਕਰਕੇ ਦੀਵਾ। ਦੀਵਾ ਜਗਾ ਦਾਂਗੇ, ਆਖੋ ਵਾਹਿਗੁਰੂ। ਜਦੋਂ ਆਖਿਆ ਦੀਵਾ ਜਗਾ ਦਾਂਗੇ ਤੇ 18 ਸਾਲ ਵਾਲੇ ਨੇ, ਬਾਬੇ ਦੀਪੇ ਨੇ ਆਖਿਆ ਇੱਥੇ ਜਗਾ ਦਿਓ, ਇੱਥੇ ਜਗਾ ਦਿਓ। ਸਾਹਿਬ ਨੇ ਆਖਿਆ ਨਹੀਂ, ਮੈਂ ਉਸ ਤਰ੍ਹਾਂ ਦਾ ਬਾਬਾ ਨਹੀਂ ਵੀ ਕਿਸੇ ਦੇ ਕੰਨ 'ਚ ਕਰਕੇ ਤੇ ਦੀਵਾ ਜਗਾ ਦਾਂ, ਮੈਂ ਫੂਕਾਂ ਨਾਲ ਦੀਵੇ ਨਹੀਂ ਜਗਾਉਂਦਾ। ਮੇਰੇ ਦੀਵੇ ਜਗਾਉਣ ਦਾ ਢੰਗ ਦੁਨੀਆਂ ਤੋਂ ਵੱਖਰਾ ਹੈ। ਆਖੋ ਵਾਹਿਗੁਰੂ। ਇੱਥੇ ਨਹੀਂ ਜਗਣਾ, ਸਵੇਰੇ ਆਈ ਤੇ ਕੇਸੀ ਇਸ਼ਨਾਨ ਕਰਕੇ ਆਈ, 5 ਕਕਾਰ ਪਾ ਕੇ ਆਈ, ਹਾਂ ਤੇਰਾ ਮੇਰਾ ਵਚਨ ਰਿਹਾ, ਦੀਵਾ ਬਾਲ ਦਾਂਗੇ।
ਸਾਰੀ ਰਾਤ ਸੁਣ ਤੂੰ ਵੀ ਸਾਰੀ ਰਾਤ ਕਹਿੰਦਾ ਰਿਹਾ ਮੇਰਾ ਦੀਵਾ ਜਗਾ ਦਿਓ ਮਾਤਾ ਸਵੇਰੇ ਮੇਰੇ ਸਤਿਗੁਰੂ ਨੇ ਮੇਰਾ ਦੀਵਾ ਜਗਾਉਣਾ ਹੈ। ਸਵੇਰੇ ਉੱਠਿਆ ਕੇਸੀ ਇਸ਼ਨਾਨ ਕੀਤਾ ਕਕਾਰ ਪਾ ਲਿਆ ਕੇਸੀ ਇਸ਼ਨਾਨ ਕਰਕੇ ਦਮਾਲਾ ਸਜਾ ਲਿਆ ਛਾਲਾਂ ਮਾਰ ਕੇ ਚੜਿਆ ਆਖੋ ਵਾਹਿਗੁਰੂ ਧੰਨ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਉਡੀਕ ਰਹੇ ਸੀ ਵੀ ਅੱਜ ਮੈਂ ਕਿਸੇ ਦਾ ਸਾਰੇ ਬੋਲੋ ਅੱਜ ਦੀਵਾ ਜਗਾਉਣਾ ਹੈ। ਹੋਰ ਵੀ ਸੰਗਤ ਆਈ ਸੀ ਵਾਰੀ ਆਈ ਇਹਦੀ ਬਾਬੇ ਦੀਪੇ ਦੀ ਸਰਕਾਰ ਨੇ ਆਖਿਆ ਆ ਜਾ ਅੱਗੇ ਪੰਜ ਪਿਆਰਿਆਂ ਦੇ ਵਿੱਚ ਗੁਰੂ ਕਿਆ ਸਿੱਖਾ ਇਤਿਹਾਸ ਮੇਰਾ ਕਹਿੰਦਾ ਉਦਣ ਪੰਜ ਪਿਆਰਿਆਂ 'ਚ ਆਪ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ। ਪੰਜ ਪਿਆਰਿਆਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਕਿਹੜੀ ਬਾਣੀ ਪੜੋਗੇ? ਗਰੀਬ ਨਿਵਾਜ ਨੇ ਆਖਿਆ ਜਾਪ ਸਾਹਿਬ ਪੜੂੰਗਾ, ਜਾਪ ਸਾਹਿਬ ਦੀ ਬਾਣੀ ਅੱਜ ਪੜੂੰਗਾ, ਦਾਸ ਪੜੂੰਗਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਪੜ੍ਹਿਆ ਮੇਰੇ ਸਤਿਗੁਰੂ ਨੇ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਪੇਕੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਕਾਇਆਂ ਤੋਂ ਰਹਿਤ ਕਰਤਾ ਪਹਿਲੇ ਦਿਨ ਹੀ। ਇਸ ਤਰ੍ਹਾਂ ਦਾ ਕਰਕੇ ਬਾਟਾ ਤਿਆਰ, ਆਵਾਜ਼ ਮਾਰੀ ਆ ਜਾਓ ਬਈ, ਵਾਰੀ 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 ਆਈ ਕਿਹਦੀ? ਬਾਬੇ ਦੀਪੇ ਦੀ। ਆਖਿਆ ਦੀਪਿਆ ਸੱਜਾ ਗੋਡਾ ਥੱਲੇ ਲਾ ਲਾ, ਧਿਆਨ ਨਾਲ ਸੁਣ ਰਿਹਾ? ਹਾਂ, ਸੱਜਾ ਗੋਡਾ। ਤੂੰ ਵੀ ਹੁਣ ਮੰਮੀ ਨੂੰ ਜਾ ਕੇ ਕਹਿਣਾ ਮੈਂ ਦੀਵਾ ਜਗਾਉਣਾ, ਕਹੇਗਾ ਨਾ? ਚੱਲ ਉੱਠ ਕੇ ਜਕਾਰਾ ਬੁਲਾ, ਉੱਠ ਕੇ ਉੱਠ ਕੇ। ਸਤਿ ਸ੍ਰੀ ਅਕਾਲ। ਤੇਰਾ ਜਗ ਪਿਆ, ਅੰਮ੍ਰਿਤ ਛਕਿਆ ਛਕਿਆ ਛਕਿਆ? ਅੱਛਾ, ਆਖੋ ਵਾਹਿਗੁਰੂ। ਚਲੇ ਗਿਆ ਉੱਥੇ ਤਖ਼ਤ ਸਾਹਿਬ ਤੇ, ਮੇਰੀ ਸਰਕਾਰ ਨੇ ਬੁਲਾਇਆ ਆ ਦੀਪਿਆ ਇੱਕ ਗੋਡਾ ਥੱਲੇ ਲਾ, ਦੂਸਰਾ ਗੋਡਾ ਖੜਾ ਕਰ ਲਾ, ਹੱਥ ਤੇ ਹੱਥ ਰੱਖ ਲਈ, ਇਸ ਤਰ੍ਹਾਂ ਕੁੱਪੀ ਬਣਾ ਲਈ। ਇਹ ਸਾਰੀ ਗੱਲ ਸਮਝਾਉਣ ਡੇ ਮਹਾਰਾਜ, ਹੁਣ ਵੀ ਸਮਝਾਉਂਦੇ ਆ ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾਉਂਦੇ ਆ ਨਾ, ਇੱਕ ਇੱਕ ਗੱਲ ਦੱਸਦੇ ਵੀ ਕੀ ਕਰਨਾ ਹੈ। ਇਤਰਾ ਕਰੀ ਜਦੋਂ ਮੈਂ ਤੇਰੇ ਬੁੱਕ ਵਿੱਚ ਅੰਮ੍ਰਿਤ ਪਾਊਂਗਾ ਤੇ ਮੈਂ ਬੋਲੂੰਗਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਅੰਮ੍ਰਿਤ ਛਕਣ ਤੋਂ ਬਾਅਦ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਬੋਲ ਨਹੀਂ ਕਹਿਣਾ, ਤੂੰ ਕੇਵਲ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਘੁੱਟ ਪਿਆਏ ਮੂੰਹ ਵਿੱਚ ਪਾਤੇ, ਪੰਜ ਨੇਤਰਾਂ 'ਚ ਪਾਤੇ, ਪੰਜ ਸਿਰ ਵਿੱਚ ਪਾ ਦੇ, ਅੰਮ੍ਰਿਤ ਦੀ ਕਿਰਿਆ ਸਾਰੀ ਕਰਕੇ ਵੱਖਰਾ ਕਰਕੇ ਖਿਲਾਰ ਲਿਆ। ਆਖਿਆ ਇੱਧਰ ਆ ਮੇਰੇ ਕੋਲ, ਇਹ ਜਿਹੜੀਆਂ ਅੱਖਾਂ ਨੇ ਨਾ ਅੱਜ ਤੋਂ ਕਿਸੇ ਦੇ ਪਰਾਏ ਰੂਪ ਨੂੰ ਨਾ ਵੇਖਣ, ਮੈਂ ਤੇਰਾ ਦੀਵਾ ਜਗਾਉਣ ਲੱਗਾ। ਦੀਵਾ ਤੇ ਤਾਂ ਹੀ ਜਗਣਾ ਹੈ, ਆਖੋ ਵਾਹਿਗੁਰੂ। ਜੇ ਵਿਸ਼ੇ ਵਿਕਾਰਾਂ ਦੀ ਹਨੇਰੀ ਨਾ ਆਊਗੀ ਤੇ ਪੁੱਤਰਾ ਅੱਜ ਤੋਂ ਬਾਅਦ ਪੰਜ ਬਾਣੀਆਂ ਪੜ੍ਹਨੀਆਂ, ਪੁੱਤਰਾ ਅੱਜ ਤੋਂ ਬਾਅਦ ਆਹ ਕੰਮ ਨਹੀਂ ਕਰਨਾ, ਆਹ ਕੰਮ ਨਹੀਂ ਕਰਨਾ, ਆਹ ਕੰਮ ਨਹੀਂ ਕਰਨਾ, ਆਹ ਕੰਮ ਨਹੀਂ ਕਰਨਾ। ਸਾਰੀ ਮਰਿਆਦਾ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੱਸੀ। ਮਗਰ ਅੰਮ੍ਰਿਤ ਛਕਾਉਣ ਤੋਂ ਬਾਅਦ ਹੁਣ ਦੀਪਾ ਨਹੀਂ, ਬਾਬਾ ਦੀਪ ਸਿੰਘ ਆ, ਬਾਬਾ ਸ਼ਬਦ ਦੇਤਾ, ਬਾਬਾ ਦੀਪ ਸਿੰਘ ਆ, ਹੁਣ ਮੈਂ ਤੇਰਾ ਦੀਵਾ ਅੱਖਾਂ 'ਚ ਅੱਖਾਂ ਪਾ ਕੇ ਮੇਰੀਆਂ 'ਚ ਵੇਖ, ਤੈਨੂੰ ਜਗਦਾ ਦੀਵਾ ਦਿਸੂਗਾ। ਬਾਬੇ ਨੇ ਹੱਥ ਜੋੜੇ, ਸਤਿਗੁਰੂ ਤੁਸੀਂ ਦੀਵੇ ਜਗਾਉਣ ਵਾਲੇ ਹੋ, ਤੁਸੀਂ ਜਗਾ ਦਿੱਤਾ ਹੈ, ਮਗਰ ਕਲਯੁੱਗ ਦੀਆਂ ਹਨੇਰੀਆਂ ਬਣੀਆਂ ਨੇ। ਸੁਣ ਰਹੇ ਹੋ ਜੀ? ਕਲਯੁੱਗ ਦੀਆਂ ਹਨੇਰੀਆਂ ਬਣੀਆਂ ਨੇ। ਇਹ ਦੀਵਾ ਕਿਸੇ ਤੂਫਾਨ ਨਾਲ ਬੁਝ ਤਾਂ ਨਹੀਂ ਜਾਊਗਾ? ਤੇ ਸਰਕਾਰ ਨੇ ਆਖਿਆ ਜੇ ਤੇ ਜਗਾਇਆ ਹੁੰਦਾ ਮੈਂ, ਤੇ ਮੈਂ ਗਰੰਟੀ ਨਹੀਂ ਸੱਦਿਆਂਦਾ
ਮੈਂ ਗਰੰਟੀ ਦਿੰਦਾ ਮੈਂ ਨਹੀਂ ਇਹ ਜਗਾਇਆ, ਇਹਦੇ ਵਿੱਚ ਤੇਲ ਜਪਜੀ ਸਾਹਿਬ ਦਾ ਪਿਆ ਹੈ, ਇਹਦੇ ਵਿੱਚ ਜਾਪ ਸਾਹਿਬ ਦਾ ਤੇਲ ਪਿਆ ਹੈ, ਇਹਦੇ ਵਿੱਚ ਸਵਈਆਂ ਦਾ, ਚਪਈ ਦਾ, ਆਨੰਦ ਸਾਹਿਬ ਦਾ, ਇਹ ਬਾਣੀ ਚੋਂ ਜਗਿਆ ਹੋਇਆ ਦੀਵਾ ਤੇਰੇ ਅੰਦਰ ਮੈਂ ਰੱਖਿਆ ਹੈ। ਹੁਣ ਵੇਖੀ ਦੀਪ ਸਿੰਘ ਆ, ਇੱਕ ਦਿਨ ਦੁਨੀਆਂ ਵੇਖੂਗੀ, ਤੇਰਾ ਸਿਰ ਵੱਖਰਾ ਪਿਆ ਹੋਊ, ਧੜ ਵੱਖਰਾ ਪਿਆ ਹੋਊ, ਤੇ ਦੀਵਾ ਲੱਟ ਲੱਟ ਕਰਦਾ ਦੀਪ ਸਿੰਘ ਆ, ਫੇਰ ਜਗਦਾ ਹੋਊਗਾ ਤੇਰਾ, ਰਹਿੰਦੀ ਦੁਨੀਆਂ ਤੱਕ ਤੇਰਾ ਦੀਵਾ ਨਹੀਂ ਬੁਝੂਗ। ਆਪ ਜੀ ਆਪਣੇ ਬੱਚਿਆਂ ਨੂੰ ਲਿਆਓ, ਤੂੰ ਛਕ ਲਿਆ, ਹਾਂਜੀ ਨਿੱਕੇ ਨਿੱਕੇ ਪਚੰਗੀ, ਤੂੰ ਵੀ ਭਾਈ ਛਕਿਆ ਅੰਮ੍ਰਿਤ, ਛਕਣਾ ਹੈ, ਉੱਠੋ ਜਕਾਰਾ ਛੱਡੋ, ਦੀਵਾ ਜਗਾਉਣ ਤੁਹਾਡਾ ਗੁਰੂ ਗੋਬਿੰਦ ਸਿੰਘ ਸਾਹਿਬ। ਸਤਿ ਸ੍ਰੀ ਅਕਾਲ। ਭੈਣੋ ਤੁਹਾਡੇ ਚੋਂ ਕਿਹਦਾ ਕਿਹਦਾ ਨਹੀਂ ਜਗਿਆ, ਸੰਘੋ ਨਾ ਹੁਣ ਥੱਲੇ ਮੂੰਹ ਨਾਲ, ਜਗਿਆ ਕਿ ਨਹੀਂ ਹਲੀ, ਉੱਠੋ ਫਿਰ ਜਕਾਰਾ ਛੱਡੋ, ਛੱਡੋ ਜਕਾਰਾ, ਧੰਨ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਬਣੋ। ਬੀਬੀ ਤੁਹਾਡਾ ਤੇ ਜਗਿਆ, ਤੁਸੀਂ ਤੇ ਅੰਮ੍ਰਿਤ ਛਕਿਆ, ਬਹਿ ਜਾਓ। ਸਤਿ ਸ੍ਰੀ ਅਕਾਲ। ਚਲੋ ਭੈਣ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕੋਈ ਵਾਂਝਾ ਨਾ ਰਹਿ ਜੇ ਜਿਹਦਾ ਅਜੇ ਦੀਵਾ ਨਹੀਂ ਜਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 3 ਤਰੀਕ ਵਾਲੇ ਦਿਨ ਜੀ ਜਗਾ ਦੇਣੇ ਨੇ ਤੁਹਾਨੂੰ ਗੁਰੂ ਗੋਬਿੰਦ। ਹਾਂਜੀ ਬੋਲੇ ਸੁਣੇ ਹਾਲ ਬੁਲਾਓ, ਸਤਿ ਸ੍ਰੀ ਅਕਾਲ। ਮੇਰਾ ਸਤਿਗੁਰੂ ਸਾਰੇ ਸੰਸਾਰ ਦੇ ਦੀਵੇ ਜਗਾ ਦੇ, ਸਾਰੀ ਦੁਨੀਆਂ ਜਾਗ ਉੱਠੇ। ਦੀਵੇ ਦਾ ਮਤਲਬ ਹੁੰਦਾ ਉਹਦੀ ਚੇਤਨਤਾ ਜਾਗ ਉੱਠੀ, ਜਾਗੀ ਹੋਈ ਚੇਤਨਾ ਕਦੀ ਕਿਸੇ ਦਾ ਪਾਪ ਨਹੀਂ ਕਰਦੀ, ਕਿਸੇ ਦਾ ਬੁਰਾ ਨਹੀਂ ਕਰਦੀ। ਅਸੀਂ ਅੰਮ੍ਰਿਤਧਾਰੀ ਹੋ ਕੇ ਵੀ ਕਈ ਵਾਰ ਥਿਰਕ ਜਾਂਦੇ ਹਾਂ, ਗੁਰੂ ਕੋਲ ਅਰਦਾਸ ਕਰਿਓ ਗਰੀਬ ਨਿਵਾਜ, ਮੈਂ ਤੇਰਾ ਪੁੱਤ ਹਾਂ, ਮੇਰਾ ਨਾਮ ਜੁੜ ਗਿਆ ਤੇਰੇ ਨਾਲ, ਮੇਰੇ ਹੱਥੋਂ ਕਿਸੇ ਦਾ ਬੁਰਾ ਨਾ ਹੋਵੇ, ਮੇਰੇ ਹੱਥੋਂ ਕਿਸੇ ਨਾਲ ਠੱਗੀ ਨਾ ਵੱਜੇ, ਕਿਉਂਕਿ ਹੁਣ ਮੇਰਾ ਨਾਮ ਬਦਨਾਮ ਨਹੀਂ ਹੋਣਾ, ਮੇਰੇ ਨਾਮ ਤੋਂ ਪਹਿਲੋਂ ਤੇਰਾ ਨਾਮ ਆ ਗੁਰੂ ਕਾ ਸਿੱਖ, ਸਿੱਖ ਬਾਅਦ ਵਿੱਚ ਅਤੇ ਗੁਰੂ। ਤੁਸੀਂ ਕਦੋਂ ਜਗਾਉਣਾ ਹੈ? ਹਾਂਜੀ ਨਹੀਂ ਤਿਆਰ ਹੋ ਹੁਣ ਅੱਗੇ ਤੋਂ, ਐਰਕਾ ਨਹੀਂ ਅੱਗੇ ਤੋਂ ਪੁੱਤ ਮੇਰਾ ਤਿਆਰ। ਸੋਹਣਾ ਕਿੰਨਾ, ਜਿੱਦਣ ਤੂੰ ਕਦੀ ਦਾੜਾ ਰੱਖ ਕੇ ਪੱਗ ਬੰਨ ਕੇ ਆਏਗਾ ਨਾ, ਅਤੇ ਵੇਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਚਿਹਰੇ ਤੋਂ ਆਪ ਦਿਸਦੇ। ਅੰਮ੍ਰਿਤ ਛਕਣ ਲਈ ਤਿਆਰ ਹੋ ਜਾਓ, ਐਰਕਾ ਨਹੀਂ ਤਾਂ ਅਗਲੀ ਵਾਰ ਸਹੀ ਦਸਤਾਰ ਬੰਨ ਕੇ ਆਇਆ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ। ਮੇਰਾ ਸਤਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ। ਕੱਲ੍ਹ ਨੂੰ 11 ਤੋਂ 12 ਵਜੇ ਤੱਕ ਆਪ ਜੀ ਦੇ ਨਾਲ ਸ਼ਬਦ ਦੀ ਵਿਚਾਰ ਕਰਨੀ ਹੈ। ਸ਼ਬਦ ਦੀ ਵਿਚਾਰ ਕਰਨ ਤੋਂ ਬਾਅਦ ਸਤਿਗੁਰੂ ਗਰੀਬ ਨਿਵਾਜ ਦੀ ਦਇਆ ਨਾਲ ਫਰੀ ਮਾਉਂਡੇ ਜਾ ਕੇ ਫਿਰ ਕਥਾ ਕਰਨੀ ਹੈ। ਸਮੇਂ ਸਿਰ ਆ ਜਾਇਓ, ਆਪਾਂ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਅੱਜ ਆਪ ਜੀ ਦੇ ਨਾਲ ਇਹ ਵਿਚਾਰ ਕੀਤੀ ਸੀ ਵੀ ਅੰਤਰ ਖੂਟਾ ਅੰਮ੍ਰਿਤ ਭਰਿਆ। ਮੈਂ ਹੱਥ ਜੁੜ ਕੇ ਫਿਰ ਬੇਨਤੀ ਕਰਦਾ, ਹਰ ਭੈਣ ਦੇ ਅੰਦਰ ਅੰਮ੍ਰਿਤ ਦਾ ਖੂਹ ਹੈ, ਹਰ ਬੱਚੇ ਦੇ ਅੰਦਰ ਅੰਮ੍ਰਿਤ ਦਾ ਖੂਹ ਹੈ। ਕੱਢਣਾ ਕਾਹਦੇ ਨਾਲ ਆ? ਸ਼ਬਦ ਨਾਲ। ਵਾਹਿਗੁਰੂ 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 ਵਾ
ਸਤਿ ਸ੍ਰੀ ਅਕਾਲ। ਪ੍ਰਬੰਧਕਾਂ ਵੱਲੋਂ, ਗੁਰਮੁਖਾਂ ਪਿਆਰਿਆਂ ਵੱਲੋਂ ਇਹ ਹੁਕਮ ਹੋਇਆ ਵੀ ਕੋਈ ਪ੍ਰਾਣੀ ਜਿੰਨੇ ਅੰਮ੍ਰਿਤ ਛਕਣਾ ਉਹ ਕਕਾਰ ਨਾ ਲਿਆਵੇ, ਕਕਾਰ ਇੱਥੋਂ ਦੇਣਗੇ ਕਮੇਟੀ ਵਾਲੇ। ਇਹ ਵੀ ਉਤਸ਼ਾਹ ਵਾਲੀ ਗੱਲ ਆ, ਹੋਰ ਨਹੀਂ ਤਾਂ ਪੈਸੇ ਤੁਹਾਡੇ ਕੋਲ ਹੈਗੇ ਆ। ਅਸੀਂ ਗੁਰੂ ਦੇ ਖਜ਼ਾਨੇ ਵਿੱਚੋਂ ਕਕਾਰ ਲੈ ਕੇ ਗੁਰੂ ਵਾਲੇ ਬਣੀਏ। ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਮਨ ਨਹੀਂ ਬਣਾਇਆ, ਤੁਸੀਂ ਸਾਰੇ ਮੇਰੇ ਭੈਣ ਭਰਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਕੀ ਕਹਿੰਦੇ ਛਕਿਆ? ਹਾਂ, ਮੈਂ ਕੱਲ੍ਹ ਪੁੱਛਿਆ। ਆ ਹਰ ਆਏ ਨੂੰ ਦਾਸ ਪੁੱਛਦਾ ਵੀ ਤੂੰ ਅੰਮ੍ਰਿਤ ਛਕਿਆ, ਅੰਮ੍ਰਿਤ ਛਕਿਆ। ਚੌਂਕੀਦਾਰ ਆ ਨਾ, ਚੌਂਕੀਦਾਰ ਦਾ ਕੰਮ ਕੀ ਹੁੰਦਾ? ਇਹੋ ਹੀ ਕੰਮ ਹੁੰਦਾ। ਸਤਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ ਜੀ, ਉੱਚਾ ਤੇ ਸੁੱਚਾ ਜੀਵਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ।